ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਖੁਸ਼ਾਮਦੀਦ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ। ਮੇਰੇ ਨਾਲ ਨੇ ਸਰਦਾਰ ਨਰਿੰਦਰਪਾਲ ਸਿੰਘ। ਸਰਦਾਰ ਸਾਹਿਬ, ਮੌਸਮ ਬਦਲ ਗਿਆ ਜੀ, ਧੁੰਦ ਬਹਿ ਗਈ ਹੈ ਜੀ, ਧੂੜ ਉੱਡਣੀ ਸ਼ੁਰੂ ਹੋ ਗਈ। ਹਾਂ, ਧੁੰਦ ਛੱਟ ਗਈ ਹੈ, ਜਿਹੜਾ ਧੂੜ ਹੈ ਇਹ ਉੱਡਦੀ ਛੁੱਟੂ ਹੋ ਗਈ। ਔਰ ਸਿਆਸਤ ਦੇ ਵਿੱਚ ਵੀ ਇੰਝ ਹੀ ਹੈ ਕਿ ਜਿਹੜੇ ਅੰਦਰ ਬਹਿ ਕੇ ਕੀਤੇ ਕੰਮ ਕਾਜ ਸੀ, ਹਾਂ, ਉਹਨਾਂ ਦਾ ਖਲਾਰਾ ਪੈਣਾ ਸ਼ੁਰੂ ਹੋ ਗਿਆ। ਬਿਲਕੁਲ ਠੀਕ ਹੈ। ਅਕਾਲੀ ਰਾਜਨੀਤੀ 100ਵੇਂ ਸਾਲ 'ਚ ਆ ਕੇ ਗ੍ਰਹਿਣੀ ਗਈ ਜੀ, ਅਤੇ ਹੁਣ ਇਹ ਗ੍ਰਹਿਣ, ਹਾਂ, ਉਹ ਜਿਹੜੇ ਨਾ ਕਹਿੰਦੇ ਤੰਤਰ ਮੰਤਰ ਵਾਲੇ, ਅੱਛਾ, ਉਹ ਵੀ ਵਿੱਚ ਆ ਵੜੇ ਆ। ਵੈਸੇ ਕਹਿੰਦੇ ਕਿ ਦਿੱਲੀ ਤੋਂ ਹੀ ਅੱਗੇ ਦਿੱਲੀ ਨਾਲ ਹੀ ਜੰਗ ਲੜਦੇ ਸੀ, ਅਤੇ ਐਤਕੀ ਦਿੱਲੀ ਇਹਨਾਂ ਨੂੰ ਲੜ ਗਈ ਹੈ। ਨਹੀਂ, ਦਿੱਲੀ ਐਸੀ ਲੜੀ ਆ, ਹਾਂ, ਕਿ ਗ੍ਰਹਿ ਜੋਤ ਛਿੜ ਗਿਆ, ਗ੍ਰਹਿ ਜੋਤ ਛਿੜ ਗਿਆ। ਹੁਣ ਸਵਾਲ ਇਹ ਆ ਕਿ ਸੁਖਦੇਵ ਸਿੰਘ ਢੀਂਡਸਾ ਦੇ ਅੰਦਰਲੇ ਸੂਤਰ ਨਾਲ ਦੇ ਜੀ, ਉਹ ਇਹ ਦੱਸਦੇ ਆ, ਕਨਫਰਮ ਕਰਦੇ ਆ ਜੀ, ਕਿ 3 ਦਰਜਨ ਤੋਂ ਜ਼ਿਆਦਾ ਅਕਾਲੀ ਦਲ ਬਾਦਲ ਦੇ 3 ਦਰਜਨ ਤੋਂ ਜ਼ਿਆਦਾ ਲੋਕ ਜਿਹੜੇ ਆ ਦੂਜੀ ਕਤਾਰ ਦੇ, ਉਹ ਢੀਂਡਸਾ ਖੇਮੇ ਨਾਲ ਸੰਪਰਕ 'ਚ ਨੇ। ਮਤਲਬ ਇੱਕ ਗ੍ਰਹਿ ਯੁੱਧ ਹੋਰ ਜਿਹੜਾ ਇੱਥੇ ਸ਼ੁਰੂ ਹੋਣਾ ਪੰਜਾਬ ਦੇ ਅੰਦਰ, ਉਹਦੀ ਆਸ ਕਰਨੀ ਚਾਹੀਦੀ ਹੈ। ਨਹੀਂ, ਹੋਣਾ ਨਹੀਂ, ਹੋ ਚੁੱਕਿਆ। ਮਤਲਬ ਸਿਆਸੀ ਗ੍ਰਹਿ ਯੁੱਧ ਕਹੋਗੇ ਨਾ ਤੁਸੀਂ, ਸਿਆਸੀ ਗ੍ਰਹਿ ਯੁੱਧ, ਸਿਆਸੀ ਗ੍ਰਹਿ ਯੁੱਧ ਜਿਹੜਾ ਔਰ ਵਿਸ਼ੇਸ਼ ਕਰਕੇ ਇੱਕ ਹੀ ਪਾਰਟੀ ਦੇ ਅੰਦਰ ਜਿਹੜਾ ਲੀਕਾਂ ਖਿੱਚੀਆਂ ਗਈਆਂ ਜੀ, ਅਤੇ ਲੀਕਾਂ ਤੋਂ ਬਾਅਦ ਹੁਣ ਤਲਵਾਰਾਂ ਖਿੱਚੀਆਂ ਗਈਆਂ। ਨਾ, ਤਲਵਾਰਾਂ ਨਾ ਕਢਾਇਓ, ਤੁਸੀਂ ਸ਼ਾਂਤੀ ਨਾਲ ਹੀ ਕਰ ਲਓ ਸਾਰਾ ਕੁਝ। ਸ਼ਾਂਤੀ ਤਾਂ ਇੱਦਾਂ ਹੈ ਜੀ, ਫਿਰ ਅਗਲੇ ਕਹਿੰਦੇ ਕਿ ਮੈਂ ਕਿਹਾ ਸੀਗਾ ਬੇਅਦਬੀ ਮਾਮਲਿਆਂ ਤੋਂ ਬਾਅਦ, ਬਿਲਕੁਲ ਠੀਕ ਆ, ਕਿ ਡੀ ਜੀ ਪੀ ਬਦਲ ਦਿਓ ਜੀ, ਆਖੇ ਨਹੀਂ, ਅਫਰਾ ਤਫਰੀ ਫੈਲ ਜਾਓ ਜੀ 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 ਜੀ। ਹੁਣ ਅੰਦਰ ਦੀਆਂ ਗੱਲਾਂ ਜਦੋਂ ਬਾਹਰ ਆਉਣ ਲੱਗ ਪੈਣ, ਹਾਂ, ਇੱਕ ਚੈਨਲ ਆਖੀ ਜਾਂਦਾ ਆਖੇ ਸੁਖਬੀਰ ਸਿਓ ਨੇ ਰਾਜਪਾਲ ਬਣਨ 'ਚ ਅੜਿੱਕਾ ਡਾਹਤਾ ਸੀ। ਬਿਲਕੁਲ ਸਹੀ ਗੱਲ ਆ, ਇਹ ਵੀ ਗੱਲ ਸਾਹਮਣੇ ਆਈ ਹੈ। ਲੇਕਿਨ ਅੰਦਰਲੇ ਦੱਸੀ ਜਾਂਦੇ ਆ ਕਿ ਢੀਂਡਸਾ ਨੂੰ ਬਹੁਤਾ ਤਰੱਦਦ ਨਹੀਂ ਕਰਨਾ ਪੈ ਰਿਹਾ, ਅੰਦਰ ਦੀ ਬੇਚੈਨੀ ਜਿਹੜੀ ਹੈ ਉਹ ਸਪੋਰਟ ਕਰੀ ਜਾ ਰਹੀ ਆ, ਅੰਦਰ ਦੀ ਬੇਚੈਨੀ ਜਿਹੜੀ ਆ ਉਹ ਉੱਬਲਣ ਲੱਗ ਗਈ ਆ, ਅਤੇ ਜਦੋਂ ਉੱਬਲਦਾ ਹੈ ਕੁਛ ਤਾਂ ਉਹਦਾ ਉੱਛਲਣਾ ਵੀ ਯਕੀਨੀ ਹੁੰਦਾ। ਦੇਖੋ, ਕਾਰਨ ਬੜਾ ਸਾਫ਼ ਹੈ ਕਿ ਹਰ ਪਾਰਟੀ ਦੇ ਵਿੱਚ 2 ਤਰ੍ਹਾਂ ਦਾ ਕੈਡਰ ਜਿਹੜਾ ਆ ਉਹ ਹੁੰਦਾ ਜੀ। ਇੱਕ ਉਹ ਕੈਡਰ ਹੁੰਦਾ ਜਿਹੜਾ ਜਿਹਨਾਂ ਨੇ ਇਹਨੂੰ ਸਿੰਜਿਆ ਹੁੰਦਾ, ਕੁਦਰਤੀ, ਜਿਹਨਾਂ ਨੇ ਪਾਣੀ ਦੇ ਦੇ ਪਾਲਿਆ, ਜਿਹਨਾਂ ਪਾਣੀ ਦੇ ਦੇ ਪਾਲਿਆ, ਉਹਨਾਂ ਦੇ ਅੰਦਰ ਇਹ ਨਹੀਂ ਹੁੰਦਾ ਕਿ ਮੈਂ ਸਭ ਕੁਝ ਹਥਿਆ ਲਵਾਂ ਜੀ। ਉਹਨਾਂ ਦੇ ਵਿੱਚ ਇਹ ਹੁੰਦਾ ਕਿ ਇਹ ਬੂਟਾ ਜਿਹੜਾ ਸ਼ਾਨਦਾਰ ਘਣਛਾਵਾਂ ਬਣੇ ਔਰ ਇਹ ਆਉਣ ਵਾਲੀਆਂ ਨਸਲਾਂ ਨੂੰ ਸੁੱਖ ਦੇਵੇ ਜੀ, ਛਾਂ ਦੇਵੇ ਜੀ। ਲੇਕਿਨ ਜਿਹੜੀ ਦੂਸਰਾ ਕੈਡਰ ਹੁੰਦਾ ਉਹ ਨਹੀਂ, ਜਿਹੜਾ ਉਹਦੀ ਛਾਂ ਮੰਨਣ ਲਈ ਵਾਕਈ ਕਾਬਲ ਹੁੰਦਾ, ਯੋਗ ਹੁੰਦਾ, ਲੁੱਟ ਖੋਹ ਵਾਲਾ। ਦੂਸਰਾ ਉਹ ਹੁੰਦਾ ਜਿਹੜਾ ਇੰਪੋਰਟ ਹੋ ਜਾਂਦਾ, ਜਿਹਨੂੰ ਕਹਿੰਦੇ ਨਾ ਪਿਉਂਦ ਲਾ ਦਿੱਤੀ ਕਿਸੇ ਨੇ ਲਿਆ ਕੇ। ਬਾਦਲ ਸਾਹਿਬ ਕਹਿੰਦੇ ਤੇ ਹੁੰਦੇ ਸੀ ਜੀ ਕਈ ਮੌਕਿਆਂ 'ਤੇ, ਉਹਨਾਂ ਕਿਹਾ ਜੀ ਇਹਨਾਂ ਮੁੰਡਿਆਂ ਨੂੰ ਕਰਨਾ ਕੀ ਪਿਆ। ਹਾਂ, ਇੱਕ ਸਵਾਲ ਹੁਣ ਇਹ ਹੋਰ ਆ ਜਿਹੜਾ ਢੀਂਡਸਾ ਨੇ ਖੜਾ ਕੀਤਾ ਜੀ, ਕਹਿੰਦੇ ਜੀ ਜਦੋਂ ਬਰਨਾਲਾ ਬਾਜ਼ਾਰ ਤੋਂ ਸੀ, ਬਿਲਕੁ�ਲ ਠੀਕ ਹੈ, ਆਪਰੇਸ਼ਨ ਬਲੈਕ ਥੰਡਰ ਹੋ ਗਿਆ ਜੀ, ਉਹ ਛੋਟਾ ਛੋਟਾ ਬਲੈਕ ਥੰਡਰ ਜਿਹੜਾ, ਛੋਟਾ ਬਲੈਕ ਥੰਡਰ ਜੀ, ਕਹਿੰਦੇ ਜੀ ਮੈਂ ਇਕੱਲਾ ਬਾਦਲ ਨਾਲ ਖੜਿਆ ਜੀ, ਬਾਦਲ ਨਾਲ ਖੜਿਆ ਜੀ, ਫਿਰ ਬਾਦਲ ਦੀ ਸਰਕਾਰ ਵੀ ਬਣਾਈ। ਬਿਲਕੁਲ ਠੀਕ ਹੈ। ਦੂਜੀ ਗੱਲ ਉਹ ਕਰਦੇ ਆ ਕਿ ਸਿਤਮ ਜ਼ਰੀਫੀ ਦੇਖੋ, ਜਿਹਨਾਂ ਨੂੰ ਇਹ ਲਾਗੇ ਨਹੀਂ ਸੀ ਲਾਉਂਦੇ, ਹਾਂ, ਸੁਰਜੀਤ ਸਿੰਘ ਬਰਨਾਲਾ ਇਹਨਾਂ ਦੇ ਸਾਰੀ ਜੁਗਾੜਬੰਦੀਆਂ ਦੇ ਬਾਵਜੂਦ ਕਿੰਨੇ ਸਾਲ ਗਵਰਨਰ ਬਣੇ ਰਹੇ, ਬਿਲਕੁਲ ਪੰਜਾਬ ਦੀ ਰਾਜਨੀਤੀ ਵਿੱਚ ਉਹ ਜਿਉਂਦੇ ਰਹੇ ਨਹੀਂ ਰਹੇ, ਲੇਕਿਨ ਉਹ ਕੇਂਦਰ ਦੇ ਵਿੱਚ ਦੇਸ਼ ਦੇ ਵਿੱਚ ਆਪਣਾ ਅਹੁਦਾ ਬਣ, ਬਿਲਕੁਲ ਠੀਕ ਹੈ, ਉਸ ਪਰਿਵਾਰ ਨੂੰ ਇਹ ਚਿਮਟੇ ਨਾਲ ਵੀ ਨਹੀਂ ਸੀ ਛੂਹਦੇ। ਬਿਲਕੁਲ ਠੀਕ, ਅੱਜ ਉਹ ਪਰਿਵਾਰ ਅਤੇ ਉਹਨਾਂ ਦੇ ਸਾਥੀ ਬਲਦੇਵ ਸਿੰਘ ਮਾਨ ਵਰਗੇ ਇਹਨਾਂ ਦੇ ਅੱਖਾਂ ਦੇ ਤਾਰਾ ਬਣੇ ਆ, ਕਹਿੰਦੇ ਮੈਨੂੰ ਇਹ ਦੱਸੋ ਮੈਂ ਕਿਹਾ ਜੀ ਇਹ ਬਲੂ ਜਿਹੜਾ ਜੀ ਆਪਰੇਸ਼ਨ ਬਲੈਕ ਥੰਡਰ ਜੀ, ਉਹਦੇ ਜ਼ਿੰਮੇਵਾਰ ਲੋਕ ਜੀ ਉਹਨਾਂ ਨਾਲ ਤੁਹਾਡੀ ਆ ਰਹੀ ਆ, ਅਤੇ ਜਿਹਨਾਂ ਨੇ ਪਾਰਟੀ ਖੜੀ ਕੀਤੀ ਆ ਉਹ ਤੁਹਾਡੇ ਲਈ ਗਦਾਰ ਆ। ਨਹੀਂ, ਦੇਖੋ ਦੂਰ ਕੀ ਜਾਣਾ, 2011 ਤੱਕ ਮੈਨੂੰ ਯਾਦ ਹੈ ਕਿ 2011 ਦੀ ਜਦੋਂ ਸ਼੍ਰੋਮਣੀ ਕਮੇਟੀ ਚੋਣ ਹੁੰਦੀ ਆ ਜੀ, ਉਸ ਵੇਲੇ ਬਲਦੇਵ ਸਿੰਘ ਮਾਨ ਦੂਸਰੇ ਧੜੇ ਨਾਲ ਖੜ੍ਹੇ ਸੀ, ਪੰਥਕ ਧੜਾ ਨਾਲ ਖੜ੍ਹੇ ਸਨ, ਬਿਲਕੁਲ, ਔਰ ਬਕਾਇਦਾ ਪੂਰੀ ਤਰ੍ਹਾਂ ਐਕਟਿਵ ਸਨ। ਲੇਕਿਨ ਉਸ ਵੇਲੇ ਵੀ ਜਿਹੜੇ ਲੋਕ ਉਸ ਧਿਰ ਦੇ ਵਿੱਚ ਸਨ, ਚਾਹੇ ਉਹ ਪਰਮਜੀਤ ਸਿੰਘ ਸਰਨਾ ਸਨ, ਚਾਹੇ ਖੁਦ ਸੁਰਜੀਤ ਸਿੰਘ ਬਰਨਾਲਾ ਦਾ ਪਰਿਵਾਰ ਬੈਠਾ ਹੋਇਆ ਸੀ, ਬੀਬੀ ਬਰਨਾਲਾ ਬੜੀ ਦੇਰ ਬਾਦਲਾਂ ਦੇ ਖਿਲਾਫ ਬਾਕੀ ਸਾਰੀਆਂ ਧਿਰਾਂ ਨਾਲ ਨੈਗੋਸ਼ੀਏਟ ਕਰਦੇ ਨੇ। ਮੈਂ ਕਿਹਾ ਜੀ ਬੀਬੀ ਬਰਨਾਲਾ ਖੁਦ ਮੰਚ ਦੇ ਉੱਤੇ ਆ ਕੇ ਬੋਲਦੇ ਰਹੇ ਨੇ, ਬਿਲਕੁਲ ਬੋਲ। ਲੇਕਿਨ ਜੇ ਤੁਸੀਂ ਥੋੜ੍ਹਾ ਜਿਹਾ ਹੋਰ ਪਿਛਾਂ ਜਾਓ, ਇੱਕ ਵਕਤ ਐਸਾ ਸੀਗਾ ਕਿ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮਨਾਉਣ ਤੋਂ ਬਾਦਲ ਦਲ ਦੂਰ ਰਹਿੰਦਾ ਸੀ, ਬਿਲਕੁਲ, ਫਿਰ ਅਚਨਚੇਤ ਯਾਦ ਆਇਆ ਕਿ
कि जिहड़ा सुरजीत सिंह बरनाला जिहड़ा सी पहलां ते साडे विरोधी सी हुण साडा अपना हो गया। सो ये सारा जिहड़ा बदलाव आ उस हिसाब नाल उहदा राजनीति ते समीकरण जे जिथे जिथों फिट हुंदे उत्थे करी जांदे लोग बिल्कुल फिर कहिंदे गल सिधांत दी करदे आ। दुविधा इसे गल दी आ, विडंबना इही आ कि लड़ाई उस पॉलिटिक्स की जिहड़ी बिल्कुल सैल्फिश धरातल ते खड़ी है जी, खुदगर्जी ते खड़ी जी, लेकिन ना देना विरासतां दा हाँ, 100 साल दा बिल्कुल, रवायतां दा पुरखियां दा बजुर्गां दा कुरबानियां दा कहना ये ते कुरबानी वाली हाँ, प्रधान जी जदों किते नहीं ते ढींसा सवाल दे सवाल ते कीता कहिंदा कि जिहड़े अज लोक मैनू कहिंदे ने कि पिट्ठ च छुरा मारता कहिंदे अपनी कुरबानी वी गणा देण नहीं, बड़ी साफ जी गल आ उह कहिंदे जी बीबा बादल दी कुरबानी की है नहीं, वजीर ने इह वी पुछिआ ਉਹ ਕਹਿੰਦੇ ਕਿ ਜਦੋਂ ਮੈਂ ਉਸ ਵੇਲੇ ਜੇਲ੍ਹ ਕੱਟੀ ਆ ਜਦੋਂ ਮੁਲਾਕਾਤ ਦਾ ਵੀ ਇਜਾਜ਼ਤ ਨਹੀਂ ਸੀ ਜੀ, ਕਹਿੰਦੇ ਦੱਸੋ ਉਹ ਤੋਂ ਬਦਤਰ ਸਮਾਂ ਕਿਹੜਾ ਹੋ ਸਕਦਾ ਫਿਰ। ਅਤੇ ਗੱਲ ਫਿਰ ਹੋਈ ਆ ਕਿ ਇਹ ਜਿਹੜੀ ਕਲਚਰ ਇੰਪੋਰਟ ਕੀਤੀ ਗਈ ਆ ਵੀ ਲਿਆਤੀ ਗਈ ਜਿਹਨੂੰ ਕਈ ਵਾਰੀ ਮਾਫ਼ ਕਰਨਾ ਮੈਂ ਸ਼ਬਦ ਵਰਤਣ ਲੱਗਾ, ਅਕਸਰ ਬਾਦਲ ਅਕਾਲੀ ਦਲ ਦੇ ਵਿੱਚ ਇੱਕ ਲਫ਼ਜ਼ ਵਰਤਿਆ ਜਾਂਦਾ ਜੈਲ ਕਲਚਰ ਜੀ, ਕਿ ਜਿੱਡੀ ਵੱਡੀ ਗੱਡੀ ਤੁਹਾਡੇ ਕੋਲ ਆ ਜਿੰਨਾ ਤਗੜਾ ਤੁਹਾਡਾ ਮਗਰ ਹੈ ਕੋਈ ਸਰਮਾਇਆ ਦਹਿਸ਼ਤ ਤੁਹਾਡੇ ਨਾਲ ਓਨਾ ਹੀ ਤੁਸੀਂ ਯੋਗ ਉਮੀਦਵਾਰ ਆ ਗਏ ਹੋ ਅੱਗੇ, ਵੱਡੀਆਂ ਕੋਠੀਆਂ ਵੱਡੀਆਂ ਕਾਰਾਂ ਬਸ ਅਤੇ ਖੜਖੜ ਕਰਦੇ ਕੱਪੜੇ, ਖੜਖੜ ਕਰਦੇ ਕੱਪੜੇ ਠੀਕ ਹੈ ਨਾ ਜੀ ਹਾਂ, ਅਤੇ ਫਿਰ ਖੜਖੜ ਕਰਦਾ ਕਲਚਰ ਕਲਚਰ ਹੁਣ ਖੜੇ ਕਿੱਥੇ ਜਾ ਕੇ ਜੀ, ਉਹ ਵੀ ਤਾਂ ਵੇਖ ਲਓ ਫਿਰ ਹੁਣ ਹੁਣ ਜਿਹੜਾ ਕਲਚਰ ਅਸੀਂ ਬਣਾ ਲਿਆ ਹਾਂ ਕਾਰਪੋਰੇਟ ਕਲਚਰ ਬਿਲਕੁਲ, ਅਤੇ ਕਾਰਪੋਰੇਟ ਕਲਚਰ 'ਤੇ ਪਨਪਦਾ ਹੀ ਸਰਮਾਏ 'ਤੇ ਆ ਬਿਲਕੁਲ, ਕਾਰਪੋਰੇਟ ਕਲਚਰ ਜਿਹੜਾ ਵਾ ਉਹ ਸਿਰਫ ਪ੍ਰੋਫਿਟ ਲਈ ਹੁੰਦਾ ਜੀ, ਇਹ ਮੰਨਦੇ ਆ ਨਾ ਫਿਰ ਕਿ ਬਿਜ਼ਨਸ ਤਾਂ ਪਹਿਲਾਂ ਜਦੋਂ ਅਸੀਂ ਕਿਸੇ ਨੂੰ ਕਾਰਪੋਰੇਟ ਕਹਿ ਦਿੰਦੇ ਹਾਂ ਜੀ, ਜਦ ਉਹਨੂੰ ਫਿਰ ਅਸੀਂ ਵੇਖਦੇ ਹੀ ਪ੍ਰੋਫਿਟ ਨਾਲ ਜੋੜ ਕੇ ਹਾਂ, ਔਰ ਜਿੱਥੇ ਸਰਮਾਇਆ ਸ਼ਾਮਿਲ ਹੈ ਜੀ ਉੱਥੇ ਕੋਈ ਸਿਧਾਂਤ ਨਹੀਂ ਖੜਾ ਹੁੰਦਾ ਬਿਲਕੁਲ, ਸਰਮਾਇਆ ਅਤੇ ਸਿਧਾਂਤ ਇਕੱਠੇ ਨਹੀਂ ਹੈ। ਔਰ ਦੂਸਰੀ ਗੱਲ ਕਿ ਜਦੋਂ ਇਹ ਆਸ ਕਰਕੇ ਜਾਣਾ ਕਿ ਜੋ ਉੱਪਰ ਵਾਲਾ ਖਾ ਰਿਹਾ ਜੇ ਕਿਤੇ ਉਹਦੇ ਮੂੰਹ 'ਚੋਂ ਥੋੜ੍ਹਾ ਜਿਹਾ ਡਿੱਗ ਪਵੇ ਅਤੇ ਮੇਰੇ ਮੂੰਹ 'ਚ ਡਿੱਗੇ ਥੱਲੇ ਮੂੰਹ ਅੱਡ ਕੇ ਖੜ੍ਹੇ ਹੋਣਾ, ਜਾਂ ਜਿਹੜਾ ਲਫ਼ਜ਼ ਉਹ ਵਰਤਿਆ ਜਾਂਦਾ ਪਿੰਪਿੰਗ ਆਫ ਲਾਰਡਸ ਜੀ, ਵੀ ਉੱਪਰਲਿਆਂ ਦੀ ਦਲਾਲੀ, ਫਿਰ ਜੇ ਉਹੋ ਜਿਹੀ ਕਲਚਰ ਸਾਰੀ ਖੜੀ ਹੋ ਜਾਏਗੀ ਤਾਂ ਫਿਰ ਸਿਧਾਂਤ ਕਿਤੇ ਨਹੀਂ ਰਹੇਗਾ। ਫਿਰ ਜਦੋਂ ਢੀਂਡਸਾ ਇਹ ਗੱਲ ਕਹਿੰਦੇ ਨੇ ਕਿ ਅਕਾਲੀ ਦਲ ਕਿਸੇ ਵਿਅਕਤੀ ਵਿਸ਼ੇਸ਼ਤਾ ਨਹੀਂ, ਬਿਲਕੁਲ ਠੀਕ ਹੈ, ਜਦੋਂ ਉਹ ਕਹਿੰਦੇ ਆ ਕਿ ਅਕਾਲੀ ਦਲ ਨੂੰ ਸੁਖਬੀਰ ਬਾਦਲ ਨਾਲੋਂ ਵੱਖ ਕਰਾਂਗੇ ਬਿਲਕੁਲ, ਇਹੋ ਕਹਿੰਦੇ ਬਿਲਕੁਲ ਕਿ ਪ੍ਰਧਾਨਗੀ ਤੋਂ ਸੁਖਬੀਰ ਨੂੰ ਵੱਖ ਕਰਾਂਗੇ ਜੀ, ਉਹ ਕਹਿੰਦੇ ਲਹਿਰ ਬਣਾਵਾਂਗੇ ਜੀ, ਲਹਿਰ ਚਲਾਵਾਂਗੇ ਜੀ, ਅਕਾਲੀ ਦਲ ਸੁਰਜੀਤ ਕਰਾਂਗੇ ਜੀ। ਹੁਣ ਇਹਦੇ ਵਿੱਚ ਬਹੁਤ ਚੀਜ਼ਾਂ ਕਲੀਅਰ ਨੇ। ਮੈਂ ਇੱਕ ਲਾਈਨ ਜਦੋਂ ਢੀਂਡਸਾ ਸਾਹਿਬ ਇਹ ਗੱਲ ਕਹਿ ਰਿਹਾ ਜੀ ਕਿ ਅਕਾਲੀ ਦਲ ਨੂੰ ਜੀ ਮਤਲਬ ਮੁੜ ਸੁਰਜੀਤ ਕਰਨ ਦਾ ਮਤਲਬ ਜੀ, ਉਹਦਾ ਕਾਰਨ ਹੈ ਕਿ ਇਹ ਅਕਾਲੀ ਦਲ ਦਾ ਵਿਧਾਨ ਰਿਹਾ ਜੀ ਕਿ ਅਗਰ ਕਿਸੇ ਅਕਾਲੀ ਦਲ ਦੇ ਪ੍ਰਧਾਨ ਨੇ ਕੋਈ ਕੁਤਾਹੀ ਕੀਤੀ ਹੈ ਜੀ ਜਾਂ ਕੋਈ ਐਸੀ ਕਾਰਵਾਈ ਕੀਤੀ ਜਿਹਦੇ ਨਾਲ ਅਕਾਲੀ ਦਲ ਦੇ ਮੂਲ ਸਿਧਾਂਤ ਨੂੰ ਖੋਰਾ ਲੱਗਾ ਹੋਵੇ ਜਾਂ ਢਾਹ ਲੱਗੀ ਹੋਵੇ ਜੀ ਉਹਨੂੰ ਬਦਲਿਆ ਜਾ ਸਕਦਾ, ਬਿਲਕੁਲ ਬਦਲਿਆ ਜਾ ਇਤਿਹਾਸ। ਜੇ ਮਾਸਟਰ ਤਾਰਾ ਸਿੰਘ ਆਪਣਾ ਜਿਹੜਾ ਸੀਗਾ ਮਰਵਰਤ ਸ਼ੁਰੂ ਕਰ ਲੈਂਦੇ ਨੇ ਅਰਦਾਸ ਕਰਕੇ ਜੀ ਛੱਡ ਦਿੰਦੇ ਨੇ ਅਤੇ ਸਜ਼ਾ ਭੁਗਤਣੀ ਪਈ, ਜੇ ਸੰਤ ਫਤਿਹ ਸਿੰਘ ਨੇ ਇਹ ਕੰਮ ਕੀਤਾ ਸਜ਼ਾ ਭੁਗਤਣੀ ਪਈ, ਜੇ ਹਰਚੰਦ ਸਿੰਘ ਲੌਂਗੋਵਾਲ ਉਹ ਵੀ ਤਾਂ ਅਕਾਲੀ ਦਲ ਦਾ ਪ੍ਰਧਾਨ ਸੀ ਜੀ, ਲੇਕਿਨ ਜਦੋਂ ਉਹ ਪਾਰਟੀ ਦੇ ਸਿਧਾਂਤ ਦੇ ਉਲਟ ਜਾ ਕੇ ਪਾਰਟੀ ਦੇ ਜਿਹੜਾ ਏਜੰਡਾ ਸੀ ਉਹਦੇ ਉਲਟ ਜਾ ਕੇ ਰਾਜੀਵ ਨਾਲ ਸਮਝੌਤਾ ਕਰ ਲਿਆ ਜੀ, ਉਸ ਵੇਲੇ ਨਾ ਉਹਨੂੰ ਸਿੱਖਾਂ ਨੇ ਬਰਦਾਸ਼ਤ ਕੀਤਾ ਨਾ ਪਾਰਟੀ ਨੇ ਬਰਦਾਸ਼ਤ ਕੀਤਾ। ਜਦੋਂ ਢੀਂਡਸਾ ਇੱਕ ਪ੍ਰੈਸ ਨੋਟ ਜਾਰੀ ਕਰਦੇ ਕੱਲ੍ਹ ਜੀ ਉਹਦੇ ਵੀ ਅਰਥ ਹੈ, ਅਖਬਾਰ ਆਪਣੇ ਆਪਣੇ ਤਰੀਕੇ ਨਾਲ ਲਿਖਦੀ ਹੈ, ਜਦੋਂ ਉਹ ਕਹਿੰਦੇ ਆ ਕਿ ਮੈਂ ਤੁਹਾਡੀਆਂ ਉਮੀਦਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਨੂੰ ਅਸਲ ਲੀਹਾਂ 'ਤੇ ਲਿਆਉਣ ਦਾ ਸਿਧਾਂਤਕ ਫੈਸਲਾ ਜੀ ਲਿਆ ਅਤੇ ਜਦੋਂ ਵੀ ਕਿਤੇ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਵੀ ਸੰਘਰਸ਼ ਵਿੱਢਿਆ ਤਾਂ ਮੈਂ ਪੰਥ ਅਤੇ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਉਹਦੇ ਵਿੱਚ ਮੋਹਰੀ ਰੋਲ ਨਿਭਾਇਆ ਜੀ। ਉਹ ਕਹਿੰਦੇ ਆ ਵੀ ਮੈਂ ਨਾ ਅੱਜ ਮੈਨੂੰ ਜਿਹੜੇ ਸਵਾਲ ਕਰਦੇ ਕਿ ਤੁਹਾਡੀ ਕੁਰਬਾਨੀ ਕੀ ਆ ਜੀ, ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਹੈ ਕਿ ਉਹਨਾਂ ਦਿਨਾਂ 'ਚ ਲੰਬਾ ਸਮਾਂ ਜੇਲ੍ਹ ਕੱਟੀ ਜਿਹੜੀ ਗੱਲ ਤੁਸੀਂ ਕੀਤੀ ਹੈ ਜੀ ਜੀ, ਕਿ ਜਦੋਂ ਕਿਸੇ ਨੂੰ ਮੁਲਾਕਾਤ ਦੀ ਵੀ ਇਜਾਜ਼ਤ ਨਹੀਂ ਸੀ ਹੁੰਦੀ। ਉਹ ਕਹਿੰਦੇ ਆ ਕਿ ਮੈਂ ਆਜ਼ਾਦ MLA ਦੇ ਤੌਰ 'ਤੇ ਇਲੈਕਸ਼ਨ ਲੜੀ ਸੀ, ਜਿੱਤਿਆ ਸੀ, ਫਿਰ ਅਕਾਲੀ ਦਲ ਦੇ ਵਿੱਚ ਆਇਆ, ਅਕਾਲੀ ਦਲ ਨੂੰ ਮਜ਼ਬੂਤ ਕੀਤਾ। 85 'ਚ ਬਰਨਾਲਾ ਨੇ ਜਦੋਂ ਦਰਬਾਰ ਸਾਹਿਬ 'ਤੇ ਪੁਲਿਸ ਫੋਰਸ ਲੈ ਕੇ ਬਲੈਕ ਥੰਡਰ ਕਰਵਾਇਆ ਜੀ, ਅਤੇ ਮੈਂ ਇਕੱਲੇ ਨੇ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਮੈਂ ਇਕੱਲੇ ਨੇ ਉਹਦਾ ਡਟਵਾਂ ਵਿਰੋਧ ਕੀਤਾ,
ਮੈਨੂੰ ਕੈਬਨਿਟ ਵਜ਼ੀਰੀ ਦਾ ਆਫਰ ਦਿੱਤਾ ਗਿਆ ਜੀ, ਹੋਰ ਕਈ ਲਾਲਚ ਦਿੱਤੇ ਗਏ, ਲੇਕਿਨ ਮੈਂ ਸਭ ਨੂੰ ਠੋਕਰ ਮਾਰੀ ਅਤੇ ਮੈਂ ਸਿਧਾਂਤ 'ਤੇ ਖੜਾ ਰਿਹਾ। ਅੱਜ ਗੱਲ ਸਿਧਾਂਤਾਂ ਦੀ ਹੋਣ ਕਾਰਨ ਫਿਰ ਮੈਂ ਠੋਕਰ ਮਾਰਤੀ ਹੈ। ਜਦੋਂ ਅਕਾਲੀ ਦਲ ਦੇ ਅੰਦਰ ਸਿਧਾਂਤ ਨਾਂ ਦੀ ਕੋਈ ਚੀਜ਼ ਨਹੀਂ, ਤਾਂ ਉਸ ਵੇਲੇ ਮੈਂ ਫਿਰ ਇੱਕ ਵਾਰੀ ਸਟੈਂਡ 'ਤੇ ਖੜਾ। ਦੂਜੀ ਗੱਲ ਬੜੀ ਅਹਿਮ ਆ ਕਿ ਜਦੋਂ ਕੋਈ ਲੜਾਈ ਸ਼ੁਰੂ ਕੀਤੀ ਜਾਂਦੀ ਹੈ, ਉਸ ਲੜਾਈ ਦੇ ਵਿੱਚ ਦੇਖਣਾ ਹੁੰਦਾ ਹੈ ਕਿ ਕਿਸੇ ਦਰਕਨਾਰ ਕੀਤੇ ਬੰਦੇ ਨੇ ਸ਼ੁਰੂ ਕੀਤੀ ਆ ਜੀ, ਜਾਂ ਕਿਸੇ ਉਸ ਬੰਦੇ ਨੇ ਸ਼ੁਰੂ ਕੀਤੀ ਆ ਜਿਹੜਾ ਆਪਣਾ ਕਾਫੀ ਕੁਝ ਦੂਜਿਆਂ ਨਾਲੋਂ ਬਿਹਤਰ ਰੱਖਦਾ ਸੀ ਜੀ। ਇਸ ਵੇਲੇ ਜੇਕਰ ਸੁਖਦੇਵ ਸਿੰਘ ਢੀਂਡਸਾ ਨੇ ਆਪਣੀ ਰਾਜ ਸਭਾ ਦੇ ਵਿੱਚ ਲੀਡਰ ਵਜੋਂ ਅਹੁਦਾ ਛੱਡਿਆ ਅਤੇ ਮੁੰਡੇ ਨੇ ਵਿਧਾਨ ਸਭਾ 'ਚ ਲੀਡਰ ਵਜੋਂ ਅਹੁਦਾ ਛੱਡਿਆ ਜੀ, ਦੋਵੇਂ ਅਹਿਮ ਅਹੁਦੇ ਸੀ। ਹੁਣ ਉਸ ਤੋਂ ਬਾਅਦ ਜਦੋਂ ਉਹ ਲੋਕਾਂ ਦੇ ਵਿੱਚ ਜਾ ਕੇ ਇਹ ਆਵਾਜ਼ ਦੇ ਰਹੇ ਆ ਕਿ ਇਸ ਸਿਧਾਂਤਕ ਦਲ ਨੂੰ, ਜਿਹੜਾ ਦਲ ਸੀ ਅਸਲ 100 ਸਾਲ ਪੁਰਾਣਾ ਜੀ, ਉਹਨੂੰ ਖੜਾ ਕਰੀਏ, ਅਤੇ ਮੇਰਾ ਖਿਆਲ ਆ ਕਿ ਅੰਦਰ ਖਾਤੇ ਬਹੁਤ ਸਾਰੀਆਂ ਧਿਰਾਂ, ਬਹੁਤ ਸਾਰੀਆਂ ਧਿਰਾਂ ਜਿਹੜੀਆਂ ਮੁੱਢ ਤੋਂ ਅਕਾਲੀ ਆ ਜੀ, ਉਹ ਨਾਲ ਜੁੜਨ ਲਈ ਚਾਹੁੰਦੀਆਂ ਨੇ, ਸਿਰਫ ਉਹ ਕ੍ਰੈਡੀਬਿਲਟੀ ਦੇਖਦੀਆਂ ਕਿ ਬੀਤੇ ਵਾਂਗ ਕਿਤੇ ਕੋਈ ਇਹ ਵੀ ਲਹਿਰ ਜਿਹੜੀ ਆ ਇਹ ਠੱਗ ਕੇ ਨਾ ਸਾਨੂੰ ਲੈ, ਬਿਲਕੁਲ ਸਹੀ, ਇੱਕ ਵਾਰੀ ਫਿਰ ਅਸੀਂ ਕੱਚੇ ਨਾ ਲੈ ਜਾਈਏ। ਅਸੀਂ ਕਿਸੇ ਨਾਲ 4 ਕਦਮ ਤੁਰਦੇ ਹਾਂ ਜੀ, ਅਗਲਾ ਪਾਣੀ 'ਚ ਬਹਿ ਜਾਂਦਾ ਜੀ। ਲੇਕਿਨ ਸੁਖਦੇਵ ਸਿੰਘ ਢੀਂਡਸਾ ਸਭ ਤੋਂ ਪਹਿਲਾਂ ਇਸ ਮਾਮਲੇ 'ਚ ਸਪਸ਼ਟ ਕਰਦੇ ਆ ਜੀ, ਮੇਰੇ ਨਾਲ ਟੈਲੀਫੋਨਿਕਲੀ ਉਹਨਾਂ ਦੀ ਗੱਲ ਹੁੰਦੀ ਆ ਕੱਲ੍ਹ, ਔਰ ਉਹ ਕਹਿੰਦੇ ਆ ਕਿ ਮੈਂ ਸਿਰਫ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣ ਦਾ ਯਤਨ ਕਰ ਰਿਹਾ ਜੀ ਕਿ ਅਸੀਂ ਪਿਛਲੀਆਂ ਅਸਫਲਤਾਵਾਂ ਜਿਹੜੀਆਂ ਸਾਨੂੰ ਉਹਦੇ ਨਾਲ ਨਾ ਅੰਕੋ ਜੀ, ਸਾਨੂੰ ਪਿਛਲੀਆਂ ਅਸਫਲਤਾਵਾਂ ਦੇ ਜਿਹੜਾ ਚੌਕਟ ਹੈ ਜਿਹੜਾ ਉਹਦੇ ਤੋਂ ਸਬਕ ਲਏ ਨੇ ਅਸੀਂ, ਉਹ ਕਹਿੰਦੇ ਜੀ ਅਸੀਂ ਕੋਈ ਇਸ ਤਰ੍ਹਾਂ ਦੀ ਜਿਹੜੀ ਗਲਤੀ ਨਹੀਂ ਕਰਨ ਜਾ ਰਹੇ, ਅਸੀਂ ਕਿਸੇ ਤਰ੍ਹਾਂ ਦੇ ਲਾਲਚ ਵਿੱਚ ਨਹੀਂ, ਅਸੀਂ ਕਿਸੇ ਤਰ੍ਹਾਂ ਦੇ ਮਕਸਦ ਰੱਖ ਕੇ ਨਹੀਂ ਚੱਲ ਰਹੇ ਵੀ 2022 ਦੇ ਵਿੱਚ ਮੁੱਖ ਮੰਤਰੀ ਬਣਨਾ। ਉਹਨਾਂ ਸਭ ਕਹਿਤਾ ਕਿ ਅਜੇ ਮਕਸਦ ਸਾਡਾ ਜਿਹੜਾ ਸਿਧਾਂਤ ਅਤੇ ਸੋਚ ਨੂੰ ਬਚਾਉਣਾ ਦਲ ਦੀ ਨੂੰ, ਨਾ ਕਿ ਸੱਤਾ ਹਾਸਲ ਕਰਨਾ। ਅਤੇ ਜਦੋਂ ਸਰਦਾਰ ਸਾਹਿਬ ਵਿਸ਼ਵਾਸ ਬਣ ਜਾਂਦੇ ਜੀ ਫਿਰ ਸੱਤਾ ਵੀ ਆ ਜਾਂਦੀ। ਦੇਖੋ ਕਾਰਨ ਤਾਂ ਸਭ ਤੋਂ ਪਹਿਲੀ ਗੱਲ ਤਾਂ ਕਿ ਜਦ ਤੱਕ ਤੁਸੀਂ ਤੁਹਾਡੇ ਪੈਰ ਜਿਹੜੇ ਆ ਉਹ ਸਥਿਰ ਨਹੀਂ ਜੀ, ਜੇ ਤੁਹਾਡੇ ਪੈਰ ਹੀ ਥਿੜਕਦੇ ਨੇ, ਜੇ ਤੁਸੀਂ ਫੈਸਲਾ ਹੀ ਨਹੀਂ ਕਰ ਸਕਦੇ, ਸਵੇਰੇ ਕੁਝ ਹੋਰ ਕਹਿੰਦੇ ਹੋ, ਸ਼ਾਮ ਨੂੰ ਕੁਝ ਹੋਰ ਕਹਿੰਦੇ ਹੋ, ਦੁਪਹਿਰੇ ਕੁਝ ਹੋਰ ਕਹਿੰਦੇ ਹੋ, ਅਤੇ ਰਾਤ ਟਿੱਗੀ ਨੂੰ ਤੁਸੀਂ ਕਹਿੰਦੇ ਆਪਣਾ ਫੈਸਲਾ ਬਦਲ ਲੈਂਦੇ ਹੋ, ਤਾਂ ਫਿਰ ਮਾਫ ਕਰਨਾ, ਤੁਹਾਡੇ 'ਤੇ ਯਕੀਨ ਕਰਨ ਵਾਲਿਆਂ ਦਾ ਯਕੀਨ ਇੱਕ ਵਾਰ ਥੋੜ੍ਹਾ ਜਿਹਾ ਤਿੜਕਣਾ ਚਾਹੀਦਾ ਬਸ, ਉਸ ਤੋਂ ਬਾਅਦ ਮੁੜ ਕੇ ਨਹੀਂ ਠਹਿਰਦਾ। ਹੁਣ ਮੈਨੂੰ ਸਰਦਾਰ ਸਾਹਿਬ ਜਿਹੜਾ ਅਸੀਂ ਦੂਜੀ ਗੱਲ 'ਤੇ ਜਿਹਦੇ ਬਾਰੇ ਅਸੀਂ ਮੇਨ ਏਜੰਡੇ 'ਤੇ ਸੀ ਜੀ, ਕਿ ਕੀ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੀ ਪਾਰਟੀ ਜੀ ਅਜੇ ਵੀ ਕਿਸੇ ਇੰਤਜ਼ਾਰ ਵਿੱਚ ਬੈਠੇ ਆ ਕਿ ਕੋਈ ਚਮਤਕਾਰ ਹੋਊਗਾ ਅਤੇ ਸਾਡਾ ਗ੍ਰਾਫ ਤਾਂ ਉਹਨੂੰ ਚਲੇ ਜਾਊਗਾ, ਸਾਡੇ ਮਨ ਜੋ ਲੋਕਾਂ ਦੇ ਮਨ 'ਚ ਸਾਡੇ ਪ੍ਰਤੀ ਬੇਰੁਖੀ ਆ ਉਹ ਖਤਮ ਹੋ ਜਾਊਗੀ ਜੀ, ਕੋਈ ਜਾਦੂ ਦੀ ਛੜੀ ਹੋਊਗੀ ਜੀ ਅਤੇ ਸਾਰਾ ਕੁਝ ਹੋ ਜਾਊ। ਅੱਜ ਵੀ ਉਹ ਆਪਣੇ ਵਿੱਚ ਕੋਈ ਲਚਕ ਲਿਆਉਣ ਨੂੰ ਤਿਆਰ ਨਹੀਂ ਜੀ, ਅੱਜ ਵੀ ਉਹ ਗਲਤੀਆਂ 'ਤੇ ਗਲਤੀਆਂ ਕਰੀ ਜਾ ਰਿਹਾ। ਅੱਜ ਵੀ ਜਦੋਂ ਉਹ ਸੰਗਰੂਰ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮੇਰੇ ਖਿਆਲ 20 ਦਿਨ ਤੋਂ ਸੰਗਰੂਰ 'ਚ ਬੈਠੇ ਆ, ਉੱਥੇ ਬੈਠੇ ਨੇ 2 ਤਰੀਕ ਦੀ ਰੈਲੀ ਜੀ। ਸੋ ਸਵਾਲ ਤਾਂ ਇਹ ਆ ਕਿ ਆਖਿਰ ਤੁਸੀਂ ਸਾਬਤ ਕੀ ਕਰਨਾ ਚਾਹੁੰਦੇ? ਦੇਖੋ ਦੋ ਪਹਿਲੂ, ਹੁਣ ਤੁਸੀਂ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਗੱਲ ਕੀਤੀ, ਮੈਂ ਥੋੜ੍ਹੀ ਗੱਲ ਡਿਟੇਲ 'ਚ ਦੇ ਦੇਵਾਂ ਜੀ। ਸ਼੍ਰੋਮਣੀ ਕਮੇਟੀ ਪ੍ਰਧਾਨ ਲਗਾਤਾਰ ਉੱਥੇ ਗੁਰਦੁਆਰਾ ਕੈਂਬੋਵਾਲ ਜਿਹੜਾ ਕਿ ਸੰਤ ਹਰਚੰਦ ਸਿੰਘ ਦਾ ਕਿਸੇ ਟਾਈਮ ਆਪਣਾ ਡੇਰਾ ਸੀ ਜੀ, ਭਾਈ ਮਨੀ ਸਿੰਘ ਦੇ ਨਾਂ 'ਤੇ ਉਹ ਗੁਰਦੁਆਰਾ ਆ, ਉੱਥੇ ਉਦੋਂ ਦੇ ਮੁੱਖ ਪ੍ਰਬੰਧਕ ਜਿਹੜੇ ਨੇ ਹਰਚੰਦ ਸਿੰਘ ਲੌਂਗੋਵਾਲ ਤੋਂ ਬਾਅਦ ਗੋਬਿੰਦ ਸਿੰਘ ਲੌਂਗੋਵਾਲ ਹੀ ਜੀ, ਉਹਨਾਂ ਦੀ ਦੇਖ ਰੇਖ ਸਾਰੀ ਉਹਨਾਂ ਦਾ ਹੀ ਆ, ਉੱਥੇ ਨਿਰੰਤਰ ਬੈਠੇ ਹੋਏ ਨੇ ਜੀ। ਔਰ ਉਹ ਨਿਰੰਤਰ ਕਿਸ ਕਰਕੇ ਬੈਠੇ ਨੇ ਕਿ 2 ਫਰਵਰੀ ਨੂੰ ਜਿਹੜਾ ਬਾਦਲ ਦਲ ਨੇ ਕੋਈ ਸੰਗਰੂਰ ਦੇ ਵਿੱਚ ਇਕੱਠ ਕਰਨਾ ਆ ਜੀ, ਉਹਦੇ ਪ੍ਰਬੰਧ ਕਰਨੇ ਨੇ। ਜਦੋਂ ਉਹ ਸਾਰਾ ਕੁਛ ਦੇਖ ਰਹੇ ਨੇ ਜੀ, ਅਤੇ ਹੁਣ ਜਿਹੜਾ ਸਵਾਲ ਤੁਸੀਂ ਪਹਿਲਾਂ ਕੀਤਾ ਸੀ ਕਿ ਅਜੇ ਵੀ ਇਹਨਾਂ ਨੂੰ ਬਹੁਤ ਵੱਡੀ ਆਸ ਹੈ ਕਿਸੇ ਬਦਲਾਅ ਦੀ, ਮੈਂ ਹੁਣ ਕੁਦਰਤ ਦੇ ਬਦਲਾਅ ਦੀ ਗੱਲ ਕਰਨ ਲੱਗਾ। ਉਹ ਕੀ ਕਿ ਇਸੇ ਦੌਰਾਨ ਇੱਕ ਗੱਲ ਸਾਹਮਣੇ ਆਉਂਦੀ ਆ ਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗੁਰਦੁਆਰਾ ਹੈ ਬਾਬਾ ਗਾਂਧਾ ਸਿੰਘ ਬਰਨਾਲਾ, ਬਿਲਕੁਲ ਹੈ, ਉੱਥੇ ਮੈਨੇਜਰ ਦੇ ਕਮਰੇ 'ਚ ਚੋਰੀ ਹੋ ਜਾਂਦੀ ਹੈ ਜੀ, 5 ਲੱਖ ਰੁਪਏ ਦੇ ਕਰੀਬ ਕਹਿੰਦੇ ਨੇ ਕਿ ਚੋਰੀ ਹੋਈ ਹੈ ਜੀ। ਜਾਂਚ ਕਰਨ ਲਈ ਕੋਈ ਹੋਰ ਬਾਹਰੋਂ ਨਹੀਂ ਗਿਆ, ਨਾ ਸੁਖਦੇਵ ਸਿੰਘ ਢੀਂਡਸਾ ਜਾਂਚ ਕਰਨ ਗਏ ਨੇ, ਜਾਂ ਨਾ ਰਾਮੂ ਵਾਲੀ ਅਤੇ ਨਾ ਸੇਵਾ ਸਿੰਘ ਸੇਖਵਾਂ ਨਾ ਬ੍ਰਹਮਪੁਰਾ, ਜਾਂਚ ਕਰਨ ਵਾਲੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਪਣੀ ਫਲਾਇੰਗ ਸਕਾਡ ਆ ਜੀ। ਹੁਣ ਉਹ ਫਲਾਇੰਗ ਸਕਾਡ ਜਿਹੜੀ ਆ
ਉਸ ਦੋਸ਼ੀ ਤੱਕ ਪਹੁੰਚ ਜਾਂਦੀ ਹੈ। ਅੱਛਾ, ਜਿਹਨੇ ਚੋਰੀ ਕੀਤੀ ਹੈ ਉਹਦੇ ਕੋਲੋਂ ਕੁਛ ਪੈਸੇ ਜਮ੍ਹਾਂ ਵੀ ਕਰਾ ਲੈਂਦੇ ਅਖਬਾਰੀ ਖਬਰਾਂ ਨੇ ਜੀ। ਇਹ ਕੋਈ ਹਵਾਦ ਖਿਆਲੀ ਪਲਾਓ ਨਹੀਂ ਹੈ ਜੀ ਜੀ। ਉਹਨਾਂ ਦੇ ਹਵਾਲੇ ਨਾਲ ਹੀ ਮੈਨੇਜਰ ਦੇ ਨਾਲ ਉੱਥੋਂ ਤੋਂ ਸਾਰੀਆਂ ਖਬਰਾਂ ਨੇ ਜੀ। ਹੁਣ ਕਾਰਨ ਇਹ ਆ ਕਿ ਸਭ ਤੋਂ ਵੱਡੀ ਤਰਾਸਦੀ ਹੈ ਜਾਂ ਕੁਦਰਤੀ ਮਾਰ ਕਹੋ ਕਿ ਜਿਸ ਬੰਦੇ 'ਤੇ ਚੋਰੀ ਦਾ ਇਲਜ਼ਾਮ ਲੱਗ ਰਿਹਾ ਜੀ, ਉਹ ਵੀ ਬਾਦਲ ਅਕਾਲੀ ਦਲ ਦਾ। ਅੱਛਾ, ਅਤੇ ਜਿਹੜਾ ਉਹਨੂੰ ਬਚਾਉਣ ਆ ਰਿਹਾ ਜੀ ਉਹ ਸ਼੍ਰੋਮਣੀ ਕਮੇਟੀ ਦਾ ਸੀਨੀਅਰ ਅਧਿਕਾਰੀ, ਅੱਛਾ ਅਡੀਸ਼ਨਲ 71 ਰੈਂਕ ਦਾ ਅਧਿਕਾਰੀ ਆ। ਔਰ ਇੱਕ ਅਖਬਾਰ ਨੇ ਕੱਲ੍ਹ ਇੱਥੋਂ ਤੱਕ ਲਿਖ ਦਿੱਤਾ ਕਿ ਉਸ ਫਲਾਇੰਗ ਸਕਾਡ ਦੇ ਨਾਲ ਅਤੇ ਉਸ ਅਡੀਸ਼ਨਲ 71 ਦਾ ਆਪਸ ਵਿੱਚ ਤੂੰ ਤੂੰ ਮੈਂ ਮੈਂ ਹੋਈ। ਅੱਛਾ, ਹਾਲਾਂਕਿ ਫਲਾਇੰਗ ਸਕਾਡ ਦਾ ਇੰਚਾਰਜ ਜਿਹੜਾ ਆ ਇੰਚਾਰਜ ਹੈ, ਇੰਚਾਰਜ ਤੋਂ ਬਾਅਦ ਮੀਤ 71 ਅਤੇ ਮੀਤ 71 ਤੋਂ ਬਾਅਦ 71 ਹੁੰਦਾ ਰੈਂਕ ਜਾਂ ਅਡੀਸ਼ਨਲ 71 ਹੁੰਦਾ, ਲੇਕਿਨ ਫਲਾਇੰਗ ਸਕਾਡ ਸਿੱਧੀ 71 ਦੇ ਥੱਲੇ ਹੁੰਦੀ ਕਿਸੇ ਦੇ। ਬਿਲਕੁਲ। ਹੁਣ ਅਡੀਸ਼ਨਲ 71 ਦੀ ਜੋ ਵਾਰਤਾਲਾਪ ਅਖਬਾਰ ਲਿਖਦਾ ਹੈ, ਅੱਛਾ, ਉਹ ਕਹਿੰਦਾ ਹੈ ਕਿ ਅਡੀਸ਼ਨਲ 71 ਸਾਹਿਬ ਨੇ ਮੈਨੇਜਰ ਗਾਂਧਾ ਸਾਹਿਬ ਬਰਨਾਲੇ ਨੂੰ ਜਾ ਕੇ ਕਿਹਾ ਉਹ ਇਹ ਲਾਲ ਟੋਪੀਆਂ ਵਾਲੇ ਸਾਧਰੇ, ਇਹਨਾਂ ਤੋਂ ਤਾਂ ਅਸੀਂ ਦੂਰ ਰਹਿੰਦੇ ਹਾਂ। ਇਹ ਅਖਬਾਰ 'ਚ ਛਪਿਆ? ਅਖਬਾਰ 'ਚ ਛਪਿਆ ਕੱਲ੍ਹ, ਕੱਲ੍ਹ ਦੀ ਚੜ੍ਹਦੀ ਕਲਾ ਅਖਬਾਰ ਦੀ ਖਬਰ ਆ। ਅੱਛਾ, ਉੱਥੇ ਬਰਨਾਲੇ ਤੋਂ ਉਹ ਕਹਿੰਦਾ ਲਾਲ ਟੋਪੀਆਂ ਵਾਲੇ ਸੱਦ ਲਿਆ ਜਿਹਨਾਂ ਤੋਂ ਲੋਕ ਦੂਰ ਰਹਿੰਦੇ ਨੇ। ਅਖੀਰ 'ਤੇ ਫਲਾਇੰਗ ਸਕਾਡ ਇੰਚਾਰਜ ਦਾ ਵੀ ਵਰਸ਼ਨ ਨਾਲ ਹੀ ਪਾਇਆ ਆ। ਉਹ ਕਹਿੰਦਾ ਵੀ ਜਦੋਂ ਕਿਤੇ ਕੋਈ ਗਲਤ ਕੰਮ ਹੋਵੇ ਫਿਰ ਲਾਲ ਟੋਪੀ ਵਾਲੇ ਕੰਮ ਆਉਂਦੇ। ਸ਼੍ਰੋਮਣੀ ਕਮੇਟੀ ਤਾਂ ਨੀਲੀਆਂ ਪੱਗਾਂ ਕਰਕੇ ਜਾਣੀ ਜਾਂਦੀ, ਲਾਲ ਪੱਗ ਵੀ ਸ਼ੁਰੂ। ਇਹ ਉਹਨਾਂ ਤਰਜ ਮਾਰਿਆ ਜੀ। ਹੁਣ ਹਾਲਾਤ ਇਹ ਆ ਕਿ ਅੱਜ ਕੋਈ ਪੁੱਛੇ ਤਾਂ ਸਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਸਾਹਿਬ ਨੂੰ ਕਿ ਕੀ ਤੁਹਾਡੇ ਅੰਦਰ ਸਭ ਕੁਝ ਸਹੀ ਹੋ ਗਿਆ, BTC ਦੇ ਨਾਲ ਸਮਝੌਤੇ ਦਾ ਰੌਲਾ ਕਿੰਨੇ ਦਿਨ ਤੋਂ ਪੈ ਰਿਹਾ ਪਿਆ ਨਾ ਜੀ। ਕੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਉਸ ਮਸਲੇ 'ਤੇ ਜ਼ਬਾਨ ਖੋਲ੍ਹਣੀ ਜ਼ਰੂਰੀ ਸਮਝੀ? ਨਹੀਂ, ਉਹ ਮੁਸ਼ਕਲ ਹੈ ਨਾ, ਔਖਾ। ਦੇਖੋ ਗੱਲ ਨਹੀਂ ਹੈ, ਔਖਾ ਮਸਲਾ, ਜਿਹੜੀ ਗੱਲ ਢੀਂਡਸਾ ਸਾਹਿਬ ਕਹਿ ਰਹੇ ਨੇ ਗੱਲ ਸੁਣੋ, ਜਦੋਂ ਤਾਰ ਹੀ ਕਿਤੇ ਹੋਰ ਹਿਲਦੀ। ਜੇ ਮੈਂ ਉਹੀ ਗੱਲ ਕਰਨ ਲੱਗਾ ਕਿ ਜਿਹੜੀ ਗੱਲ ਢੀਂਡਸਾ ਸਾਹਿਬ ਕਹਿ ਰਹੇ ਨੇ ਕਹਿਣ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਜੀ, ਨਾ ਕਿ ਅਕਾਲੀ ਦਲ ਦੇ ਮੈਂਬਰ ਹੋ ਸਕਦੇ ਨੇ, ਲੇਕਿਨ ਉਹ ਉਹਦਾ ਸੈਕੰਡਰੀ ਹੋ ਜਾਂਦਾ ਬਾਅਦ 'ਚ। ਨਹੀਂ ਸਰਦਾਰ ਸਾਹਿਬ, ਬੜੀ ਕਲੀਅਰ ਗੱਲ ਹੈ ਕਿ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਜਦੋਂ ਮੈਂਬਰ ਪਾਰਲੀਮੈਂਟ ਚੁਣਿਆ ਜਾਂਦਾ ਤਾਂ ਉਹ ਕਿਸੇ ਹਲਕੇ ਨਾਲ ਸੰਬੰਧਿਤ ਹੈ ਜੀ, ਜਦੋਂ ਵਜ਼ੀਰ ਚੁਣਿਆ ਜਾਂਦਾ MP ਦੇ ਵਿੱਚੋਂ ਵਜ਼ੀਰ ਚੁਣਿਆ ਜਾਂਦਾ ਤਾਂ ਉਹ ਇੱਕ ਖਾਸ ਜਿਹੜਾ ਵੀ ਉਹਦਾ ਪੋਰਟਫੋਲੀਓ ਜ਼ਰੂਰ ਹੁੰਦਾ, ਲੇਕਿਨ ਪੂਰੇ ਮਰ ਉਹ ਸਾਰੇ ਦੇਸ਼ ਦਾ, ਸਾਰੇ ਦੇਸ਼ ਨਾਲ ਸੰਬੰਧਿਤ ਫਰਜ਼, ਸਾਰੇ ਦੇਸ਼ ਦਾ। ਲੇਕਿਨ ਜਦੋਂ ਕੋਈ MP ਪ੍ਰਧਾਨ ਮੰਤਰੀ ਬਣ ਜਾਂਦਾ ਜੀ, ਤੇ ਫਿਰ ਉਹ ਕਾਂਗਰਸੀ, ਅਕਾਲੀ ਜਾਂ BJP ਜਾਂ ਕਾਮਰੇਡ ਨਹੀਂ ਰਹੇ। ਬਿਲਕੁਲ, ਫਿਰ ਉਹ ਇਹ ਵੀ ਨਹੀਂ ਕਿ ਇਕੱਲਾ ਹਿੰਦੁਸਤਾਨ 'ਚ ਹੈ, ਉਹ ਵਰਲਡ ਦੇ ਜਿੱਥੇ ਵੀ ਜਾਏਗਾ ਪ੍ਰਧਾਨ ਮੰਤਰੀ ਕੋਲ ਆਏਗਾ। ਭਾਰਤ ਦਾ ਪਹਿਲਾ ਬੰਦਾ, ਭਾਰਤ ਪਹਿਲਾ ਨਹੀਂ ਦੂਜਾ ਲਾ ਲਓ, ਰਾਸ਼ਟਰਪਤੀ ਪਹਿਲਾ ਦਾ। ਦੂਜੀ ਗੱਲ, ਇਸੇ ਤਰ੍ਹਾਂ ਮੁੱਖ ਮੰਤਰੀ ਜਿਹੜੀ ਵੀ ਪਾਰਟੀ ਦਾ ਬਣੇ ਜੀ, ਜਦੋਂ ਮੁੱਖ ਮੰਤਰੀ ਬਣਦਾ ਪੂਰੇ ਸੂਬੇ ਦੇ ਹਰ ਬੰਦੇ ਦਾ ਮੁੱਖ ਮੰਤਰੀ। ਬਿਲਕੁਲ। ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਕਿਸੇ ਦਲ ਦਾ ਪ੍ਰਧਾਨ ਨਹੀਂ, ਸ਼੍ਰੋਮਣੀ ਕਮੇਟੀ ਪ੍ਰਧਾਨ ਹਰ ਸਿੱਖ ਜਿਹੜਾ ਗੁਰੂ ਘਰਾਂ ਨਾਲ ਜੁੜਿਆ। ਜਦੋਂ ਇਹ ਦਾਅਵਾ, ਜਦੋਂ ਇਹ ਦਾਅਵਾ ਕੀਤਾ ਜਾਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੇ ਸੰਸਾਰ ਦੇ ਸਿੱਖਾਂ ਦੀ ਚੁਣੀ ਹੋਈ ਨੁਮਾਇੰਦਾ ਜਥੇਬੰਦੀ ਹੈ ਜੀ, ਅਤੇ ਫਿਰ ਸ਼੍ਰੋਮਣੀ ਕਮੇਟੀ ਪ੍ਰਧਾਨ ਇਕੱਲਾ ਬਾਦਲ ਦਲ ਦਾ ਨਹੀਂ ਰਹਿ ਜਾਂਦਾ। ਹੁਣ ਅਗਲੀ ਗੱਲ ਸਰਦਾਰ ਸਾਹਿਬ, ਕਿ ਮੰਨ ਲਓ 2 ਤਰੀਕ ਨੂੰ ਸੁਖਬੀਰ ਸਿੰਘ ਬਾਦਲ ਇੱਕ ਬਹੁਤ ਵੱਡਾ ਇਕੱਠ ਕਰ ਰਹੇ ਆ, ਮੰਨ ਲਓ ਜੀ ਜੀ, ਉਹ ਇਕੱਠ ਪੂਰੇ ਪੰਜਾਬ 'ਚੋਂ ਕਰ ਰਹੇ ਢੀਂਡਸਾ। ਇੱਕ ਸਵਾਲ ਕਰਨ ਲੱਗਾ ਕਿ ਉਹ ਇਕੱਠ ਜਿਹੜਾ 2 ਫਰਵਰੀ ਦਾ ਹੋਣਾ, 2 ਫਰਵਰੀ 2020 ਨੂੰ, ਉਸ ਇਕੱਠ ਨੇ ਪੂਰੇ ਅਕਾਲੀ ਦਲ ਦਾ ਫੈਸਲਾ ਕਰ ਦੇਣਾ ਵੀ ਕੀ ਹੋਏਗਾ, ਜਾਂ ਹੁਣ 2022 ਦੀ ਇਲੈਕਸ਼ਨ ਵੀ ਜਿੱਤ ਲੈਣੀ, ਜਾਂ ਸ਼੍ਰੋਮਣੀ ਕਮੇਟੀ ਦਾ ਵੀ ਰਿਜ਼ਲਟ ਦੇ ਦੇਣਾ। ਮੈਂ ਉਹੀ ਗੱਲ ਕਰਨ ਲੱਗਿਆ ਸੀ ਕਿ ਕੀ ਉਹ ਇਕੱਠ ਇਕੱਲੇ ਸੰਗਰੂਰ ਦਾ ਜੀ, ਜਾਂ ਪੂਰੇ ਪੰਜਾਬ ਦੇ ਵਿੱਚੋਂ ਸੰਗਰੂਰ ਅਕਾਲੀ ਵਰਕਰ ਖੜ ਕੇ ਦਿਖਾਉਣਾ ਹੈ ਕਿ ਢੀਂਡਸੇ ਦਾ ਇਲਾਕਾ ਹੈ, ਨੰਬਰ 1 ਜੀ ਜੀ ਜੀ। ਦੂਜੀ ਗੱਲ, ਏਡਾ ਵੱਡਾ ਲਾਮ ਲਸ਼ਕਰ ਜੀ, ਏਡਾ ਵੱਡਾ ਸਰਮਾਇਆ, ਬੇਸ਼ੁਮਾਰ ਬੱਸਾਂ, ਕਾਰਾਂ, ਗੱਡੀਆਂ, ਗੁਰਦੁਆਰਿਆਂ ਦਾ ਲੰਗਰ, ਸਾਰਾ ਕੁਛ, ਸ਼੍ਰੋਮਣੀ ਕਮੇਟੀ ਦੇ ਗੁਰਦੁਆਰਿਆਂ ਦਾ ਲੰਗਰ, ਇਹ ਵੀ ਤਾਂ ਅਖਬਾਰਾਂ ਨੇ ਲਿਖਣਾ ਬਾਅਦ 'ਚ, ਮਤਲਬ ਇਹ ਰਵਾਇਤ ਰਹੀ ਹੈ ਪੁਰਾਣੀ, ਅੱਜ ਵੀ ਇਹ ਹੋਣੀ ਹੈ, ਫਿਰ ਪੂਰੀ ਜਾਣੀ ਜੇ ਪਰ ਸ਼੍ਰੋਮਣੀ ਕਮੇਟੀ ਪ੍ਰਧਾਨ ਉੱਥੇ ਬੈਠੇ ਹੋਏ ਨੇ ਜੀ, ਬਾਕੀ ਪ੍ਰਬੰਧ ਛੱਡ ਕੇ, ਅਤੇ ਫਿਰ ਉਹ ਕਵਾਇਦ ਪੂਰੀ ਹੋਣੀ ਹੋਣੀ ਉੱਥੋਂ। ਹੁਣ ਸਵਾਲ ਇਹ ਹੈ ਕਿ ਕੀ ਸੁਖਬੀਰ ਸਿੰਘ ਬਾਦਲ ਨੇ ਖੁਦ ਵੀ ਤਿਆਰੀ ਕੀਤੀ ਹੈ 2 ਫਰਵਰੀ ਦੀ? 2 ਫਰਵਰੀ ਵਾਲੇ ਦਿਨ ਸੁਖਬੀਰ ਸਿੰਘ ਬਾਦਲ ਜਦੋਂ ਆਪਣੇ ਇਕੱਠੇ ਕੀਤੇ ਵਰਕਰਾਂ ਦੇ ਸਾਹਮਣੇ ਹੋਣਗੇ
ਅਤੇ ਫਿਰ ਉਹਨਾਂ ਦੇ ਭਾਸ਼ਣ ਦੇ ਵਿੱਚ ਕੋਈ ਅਕਾਲੀ ਦਲ ਦੇ ਬਦਲਾਅ ਦੀ ਗੱਲ ਹੋਊਗੀ। ਜਿਸ ਵਿਰੋਧ, ਜਿਸ ਨੀਤੀ ਸਿਧਾਂਤ ਉਲਝਣ, ਉਹਨਾਂ ਸਾਰਿਆਂ ਦੇ ਵਿਰੋਧ ਦੇ ਵਿੱਚ ਹੁਣ ਤੱਕ ਕਾਫੀ ਬੰਦੇ ਛੱਡ ਗਏ ਆ ਕਿ ਉਹ ਲੀਹ ਜਿਹੜੀ ਆ ਉਹਨੂੰ ਪਾੜਿਆ ਜਾਊਗਾ। ਜਿਹਦੇ 'ਤੇ ਚੱਲਦਿਆਂ ਢੀਂਡਸਾ ਇਹਨਾਂ ਨੂੰ ਛੱਡ ਕੇ ਸੁਖਬੀਰ ਸਿੰਘ ਬਾਦਲ ਦੀ ਲੀਕ ਨੂੰ ਪਾਸੇ ਹੋ ਗਏ ਬ੍ਰਹਮਪੁਰਾ, ਬਾਕੀ ਸਾਰੇ ਜੀ ਉਹਦੇ 'ਚ ਕੋਈ ਤਬਦੀਲੀ ਲਈ ਤੁਹਾਡੇ ਕੋਲ ਤਿਆਰੀ ਕੋਈ ਹੈਗੀ ਹੈ ਘਰ ਬਹਿ ਕੇ ਕੁਛ? ਦੋ ਮਿੰਟ ਮੈਂ ਤੁਹਾਨੂੰ ਇੱਕ ਬੇਨਤੀ ਕਰਨ ਲੱਗਾ, ਐਡੀ ਦੂਰ ਨਾ ਜਾਓ, ਕਿਉਂਕਿ ਬ੍ਰਹਮਪੁਰਾ ਸਰ ਰਣਜੀਤ ਸਿੰਘ ਬ੍ਰਹਮਪੁਰਾ, ਸਤਿ ਸੇਵਾ ਸਿੰਘ ਸੇਖਵਾਂ, ਡਾਕਟਰ ਰਤਨ ਸਿੰਘ ਅਜਨਾਲਾ, ਉਹਨਾਂ ਦੀ ਜਿਹੜਾ ਪਿਛਾਂਹ ਹਟਣ ਦਾ ਸਮਾਂ ਆ ਉਹ 1 ਸਾਲ ਤੋਂ ਪੁਰਾਣਾ ਆ ਜੀ। ਉਹ ਸਪਤੰਬਰ 2018 'ਚ ਪਿਛਾਂਹ ਹਟ ਗਏ ਨੇ ਜੀ। ਜਿਹੜੇ ਸਰ ਸੁਖਦੇਵ ਸਿੰਘ ਢੀਂਡਸਾ ਨੇ, ਇਹਨਾਂ ਦਾ ਸਮਾਂ ਜਿਹੜਾ ਤੁਸੀਂ ਲਾ ਲਓ ਕਿ ਇਹ ਮਹਿਜ 6 ਮਹੀਨੇ ਦਾ ਸਾਰਾ ਇਹਨਾਂ ਦੀ ਭੂਮਿਕਾ ਆ ਜੀ। ਲੇਕਿਨ ਜਦੋਂ ਤੁਸੀਂ ਹੁਣ ਸੁਖਬੀਰ ਬਾਦਲ ਨੂੰ ਸਵਾਲ ਪਾ ਰਹੇ ਹੋ, ਉਹਦੇ ਕੋਲੋਂ ਕੋਈ ਆਸ ਕਰ ਰਹੇ ਹੋ, ਲੇਕਿਨ ਜਿਹੜੇ ਸੁਖਬੀਰ ਬਾਦਲ 4 ਦਿਨ ਪਹਿਲਾਂ ਜਦੋਂ ਦਿੱਲੀ ਦੇ ਵਿੱਚ ਭਾਜਪਾ ਨੇ ਥੋੜ੍ਹੀ ਜਿਹੀ ਦੂਰੀ ਬਣਾ ਲਈ ਆ, ਉੱਥੇ ਸੁਖਬੀਰ ਬਾਦਲ ਦਾ ਕੋਈ ਬਿਆਨ ਨਹੀਂ ਆਇਆ, ਬਲਕਿ ਦਿੱਲੀ ਦੇ ਜਿਹੜੀ ਇਹਨਾਂ ਦੀ ਦਿੱਲੀ ਇਕਾਈ ਆ ਉਹ ਕਹਿ ਰਹੀ ਹੈ ਕਿ ਅਸੀਂ ਭਾਜਪਾ ਤੋਂ ਪਰੇ ਹੋ ਗਏ ਹਾਂ, ਅਸੀਂ ਵੱਖਰੀ ਚੋਣ, ਪਹਿਲਾਂ ਅਸੀਂ ਵੱਖਰੀ ਚੋਣ ਲੜਾਂਗੇ, ਫਿਰ ਅਸੀਂ ਨਹੀਂ ਲੜਾਂਗੇ। ਅੱਜ ਤੇ ਅਖਬਾਰ ਦੇ ਵਿੱਚ ਜੀ ਇੱਕ ਵਿੰਗੀ ਟੇਢੀ ਜਿਹੀ ਖਬਰ ਸੀ। ਅੱਛਾ, ਅਖੇ ਜੀ ਇਹਨਾਂ ਨੇ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਤਾ, ਅਸੀਂ ਇਹਦੀ ਪੁਸ਼ਟੀ ਨਹੀਂ ਕਰਦੇ। ਆ ਰਾਤ ਦੀ ਇਹ ਰੌਲਾ ਪੈਣ ਡਿਆ, ਲੇਕਿਨ ਖਬਰ ਕਿਸੇ ਅਖਬਾਰ ਨੇ ਨਹੀਂ ਲਈ ਨਹੀਂ ਦਲ ਨੇ ਮਤਲਬ ਅਨਾਊਂਸਮੈਂਟ ਆਫੀਸ਼ੀਅਲ ਕੋਈ ਨਹੀਂ ਕੀਤੀ ਜੀ। ਲੇਕਿਨ ਜਲੰਧਰ ਤੋਂ ਛਪਦੀ ਇੱਕ ਅਖਬਾਰ ਜੀ ਜਗਬਾਣੀ ਦੀ ਐਪ ਦੇ ਉੱਤੇ ਅਸੀਂ ਦੇਖੀ ਹੈ ਕਿ ਜਿਹੜਾ ਵਾ ਉਹ ਦਿੱਲੀ ਇਕਾਈ ਨੂੰ ਕਹਿਤਾ ਗਿਆ ਕਿ ਉਹ ਆਮ ਆਦਮੀ ਪਾਰਟੀ ਦੇ ਹੱਕ 'ਚ ਭੁਗਤ ਜਾਣ ਭੁਗਤ ਜਾਵੇ। ਹੁਣ ਸਵਾਲ ਇਹ ਹੈ ਵੀ ਜੇ ਕਿਤੇ ਇਹੋ ਜਿਹੀ ਗਲਤੀ ਹੋ ਗਈ ਜੀ, ਮੰਨ ਲਓ ਜੀ ਜੀ, ਜਿਹੜਾ ਲਗਭਗ 3 ਦਹਾਕਿਆਂ ਤੋਂ ਚੱਲਿਆ ਆਉਂਦਾ ਸੀ ਰਿਸ਼ਤਾ ਜੀ, ਉਹ ਮਿੰਟ ਦੇ ਵਿੱਚ ਘੱਟਿਓਂ ਕੌਡੀ ਹੋ ਗਿਆ ਜੀ, ਤੇ ਕੌਡਿਓਂ ਘੱਟੀ ਹੋ ਕੀ ਕਹਿੰਦੇ ਹੁੰਦੇ ਆ ਇਹੋ ਜਿਹਾ ਕੁ ਹੁੰਦਾ ਆਪ ਘੱਟੇ ਕੌਡੀਆਂ ਹੋਣਾ। ਤੇ ਉਹ ਮੇਰਾ ਖਿਆਲ ਹੈ ਕਿ ਸਭ ਤੋਂ ਸੁਖਬੀਰ ਸਿੰਘ ਬਾਦਲ ਦੀ ਸਿਆਸਤ ਲਈ ਸਭ ਤੋਂ ਵੱਡਾ ਚੈਲੰਜ ਵੀ ਹੋਊਗਾ ਅਤੇ ਸਭ ਤੋਂ ਵੱਡਾ ਸੈਟਬੈਕ ਜਿਹਨੂੰ ਕਹਿੰਦੇ ਆ ਕਿ ਇਸ ਸੱਟ ਤੋਂ ਉੱਭਰਨਾ ਬੜਾ ਔਖਾ ਹੋਊਗਾ ਜੀ। ਜਦੋਂ ਤੁਹਾਡੇ ਸਿਰ ਦੇ ਉੱਤੇ ਬੈਠਾ ਪਾਵਰਫੁੱਲ ਤੁਹਾਡਾ ਸਾਥੀ ਤੁਹਾਨੂੰ ਛੱਡ ਜਾਏ ਜੀ, ਫਿਰ ਤੁਹਾਡਾ ਯੁੱਧ ਔਖਾ, ਜਿੱਦਾਂ ਸੁਖਬੀਰ ਸਿੰਘ ਬਾਦਲ ਦੇ ਨਾ ਡੁੱਬਣ ਵਾਲੇ ਸੂਰਜ ਜਿਹੜਾ ਰਾਜ ਸੀ ਉਹਦਾ ਜੀ, ਉਹਦੇ ਵਿੱਚ ਬਾਕੀ ਰੋਲ ਖੁੱਲ ਗਏ ਨਾ ਅਕਾਲੀ ਜੱਥੇ ਜੀ, ਜਿਹੜੇ ਵੀ ਬਣੇ ਕਿਸੇ ਨੇ ਪੁੱਛਿਆ ਨਹੀਂ, ਬੇਰਾ ਵੱਟੇ ਨਹੀਂ ਪੁੱਛਿਆ। ਬਿਲਕੁਲ, ਕਾਰਨ ਇਹ ਕਿ ਪਾਵਰ ਇਹਨਾਂ ਕੋਲ ਸੀ ਅਤੇ ਪਾਵਰ ਨਾਲ ਸਾਡੇ ਲੋਕਾਂ ਨੂੰ ਆਦਤ ਪੈ ਗਈ ਰਹਿਣ ਦੀ। ਸੋ ਪੰਜਾਬੀਆਂ ਨੇ ਇਹਨਾਂ ਦੇ ਨਾਲ ਨਾਲ ਕਦਮ ਚਾਲ ਕੀਤੀ ਜੀ। ਹੁਣ ਜੇਕਰ ਇਹਨਾਂ ਦੀ ਪਾਵਰ ਪੰਜਾਬੋਂ ਤੇ ਗਈ ਗਈ ਜੀ, ਉੱਤੇ ਭਾਈਵਾਲ ਰੁੱਸ ਗਿਆ ਜੀ, ਕੱਲ ਨੂੰ ਇਲੈਕਸ਼ਨ ਦੇ ਰਿਜ਼ਲਟ ਤੋਂ ਬਾਅਦ ਹਰਿਆਣੇ ਰੁੱਸਿਆ ਬੈਠਾ, ਮੈਂ ਕਿਹਾ ਇਲੈਕਸ਼ਨ ਦੇ ਰਿਜ਼ਲਟ ਤੋਂ ਬਾਅਦ ਜੀ ਮੰਨ ਲਓ ਅਗਲੇ ਇਹ ਸਾਰੀ ਪ੍ਰਕਿਰਿਆ ਸਪੀਡ ਅਪ ਕਰ ਦਿੰਦੇ ਆ ਸ਼੍ਰੋਮਣੀ ਕਮੇਟੀ ਇਲੈਕਸ਼ਨ ਦੀ ਜੀ, ਤੇ ਤੁਹਾਨੂੰ ਪਤਾ ਹੀ ਆ ਕਿ ਗੁਰਦੁਆਰਾ ਚੋਣ ਕਮਿਸ਼ਨ ਅਪੁਆਇੰਟ ਹੋਣ ਤੋਂ ਬਾਅਦ ਜੇਕਰ ਵੋਟਾਂ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਆ ਤੇ ਮੇਰੇ ਖਿਆਲ ਇਹ 8-10 ਮਹੀਨਿਆਂ ਦੇ ਵਿੱਚ ਪੂਰੀ ਹੋ ਕੇ ਇਲੈਕਸ਼ਨ ਹੋ ਸਕਦੀ। ਬਿਲਕੁਲ ਠੀਕ ਹੈ। ਤੇ ਐਸੀ ਸਥਿਤੀ ਦੇ ਵਿੱਚ 2022 ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੂੰ ਕਿਸੇ ਵੱਡੀ ਪਾਵਰ ਤੋਂ ਬਿਨਾਂ ਇਲੈਕਸ਼ਨ ਲੜਨ ਲਈ ਜਾਣਾ ਜੀ ਇੱਕ ਵੱਡੀ ਜੰਗ ਵਰਗਾ ਸਾਬਤ ਹੋ। ਆਪਣੇ ਕੋਲ ਹੈਗੀ ਪਾਵਰ ਬੜੀ ਵੱਡੀ ਆ ਆਪਣੇ ਕੋਲ। ਉਹ ਕਿਹੜੀ? ਪੰਥ ਖਤਰੇ 'ਚ ਐਰਕਾ, ਪੰਥ ਸਾਹਮਣੇ ਉਵੇਂ ਖਤਰੇ 'ਚ। ਮੈਂ ਕਿਹਾ ਜੀ ਤੁਸੀਂ ਛੱਡ ਦਿਓ ਇਹ ਜਿਹੜਾ ਸਾਡਾ ਹੈਗਾ ਨਾ ਮੈਗਨਾ ਕਾਰਟ ਆ, ਇਹਦੇ ਚੱਲਣਾ ਹੀ ਚੱਲਣਾ। ਨਹੀਂ ਪਰ ਇਹ ਗੱਲ ਆਪਣੀ ਹਾਲਤ ਉਹ ਹੋ ਜਾਣੀ ਹੈ ਸਰ, 2017 'ਚ ਨਹੀਂ ਚੱਲਣਾ, ਆਪਣੀ ਹਾਲਤ ਉਹ ਹੋ ਜਾਣੀ ਹੈ। ਮਾਫ਼ ਕਰਨਾ ਮੈਂ ਇੱਕ ਮੁਹਾਵਰਾ ਹੀ ਕਥਨ ਵਰਤਨ ਲੱਗਾ ਕਿ ਕਹਿੰਦੇ ਵੀ ਕਿਤੇ ਗਲਤੀ ਨਾਲ ਬਾਣੀਏ ਨੇ ਜੱਟ ਢਾ ਲਿਆ। ਆਹ ਬਿਲਕੁਲ, ਅਤੇ ਉੱਤੇ ਬੈਠਾ ਵੀ ਰੋਈ ਜਾਵੇ। ਕਿਸੇ ਨੇ ਜਾ ਕੇ ਪੁੱਛ ਹੀ ਲਿਆ, ਕਹਿੰਦਾ ਉਹ ਢਾਇਆ ਹੋਇਆ ਡਾਢੇ ਨੂੰ ਐਡੀ ਕਿਹੜੀ ਗੱਲ ਆ, ਕਹਿੰਦਾ ਮੈਨੂੰ ਇੰਨਾ ਪਤਾ ਜੇ ਥੱਲੋਂ ਨਿਕਲ ਆਇਆ ਤਾਂ ਫਿਰ ਕੀ ਆ ਸ਼ਿਰ ਕਰੂ। ਸੱਚ ਹੀ ਹੁੰਦਾ, ਤਗੜੇ ਦਾ ਸੱਤੀ ਵੀ ਸੌ ਹੁੰਦਾ। ਗਲਤ ਸਾਰੀ ਇਹ ਆ ਕਿ ਹੁਣ ਜੇ ਉਹਨਾਂ ਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕੀਤੀ ਆ ਵੀ ਅਸੀਂ ਨਹੀਂ ਜਾਂਦੇ ਤੁਹਾਡੇ ਨਾਲ, ਅਤੇ ਆਪਾਂ ਦੂਜੀ ਆਪਸ਼ਨ ਵੀ ਰੱਖੀ ਹੋਈ ਹੈ ਨਾ, ਕੋਈ ਜ਼ਰੂਰੀ ਨਹੀਂ ਹੈ ਪਿਛਲੇ ਦਰਵਾਜ਼ੇ ਥਾਣੀ ਜਾ ਕੇ ਮਤਲਬ ਮਾਫ਼ੀ ਮੰਗ ਲੈਣੀ ਆ। ਚਲੋ ਮੰਗ ਲੈਣ ਚੰਗਾ, ਗੱਲ ਉਹ ਵਾਰਾ ਖਾਂਦੀ ਸਿਆਸਤ ਸਦਾ ਹੁੰਦੀ ਰਹੀ ਹੈ ਜੀ। ਹੁਣ ਜਦੋਂ ਲੀਕ ਖਿੱਚੀ ਗਈ ਅਤੇ ਲੀਕ ਤੋਂ ਬਾਅਦ ਤਲਵਾਰ ਖਿੱਚੀ ਗਈ ਜੀ, ਜਦੋਂ ਅੰਦਰਲੇ ਭੇਤ ਜਗਜਾਰ ਹੋਣ ਲੱਗੇ ਜੀ, ਜਦੋਂ
ਪੰਜਾਬ ਦੇ ਲੋਕਾਂ ਨੂੰ ਅੰਦਰ ਰਿੱਝਦੀ ਦੀ ਬਾਹਰ ਸਮੈਲ ਆਉਣੀ ਸ਼ੁਰੂ ਹੋ ਗਈ। ਫਿਰ ਸਭ ਲੋਕ ਜ਼ਿਆਦਾ ਸਿਆਣੇ ਸੀ ਜੀ। ਸਿਰਫ ਇਹ ਆ ਕਿ ਸਰਦਾਰ ਸੁਖਦੇਵ ਸਿੰਘ ਢੀਂਡਸਾ ਉਹ ਸਾਰੀਆਂ ਕੜੀਆਂ ਜੋੜਨਗੇ ਜੀ। ਜੋ ਕੁਛ ਲੋਕ ਚਾਹੁੰਦੇ ਸਨ ਅਦਾਲਤਾਂ ਤੋਂ ਇਹ ਮੁੱਕਰ ਗਏ, ਪੁਲਿਸ ਤੋਂ ਮੁੱਕਰ ਗਏ, ਜ਼ਬਾਨੋਂ ਮੁੱਕਰ ਗਏ ਕਿ ਅਸੀਂ ਨਹੀਂ ਕੀਤਾ, ਅਸੀਂ ਨਹੀਂ ਕੀਤਾ ਜੀ। ਲੇਕਿਨ ਜਿਹੜਾ ਸਵਾਲ ਕੱਲ੍ਹ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਪਾਇਆ ਉਹ ਸਵਾਲ ਜਿਹਨੂੰ ਕਹਿੰਦੇ ਨੇ 100% ਦਾ ਸਵਾਲ ਕਿ ਮੈਂ ਕਹਿੰਦਾ ਰਿਹਾ ਨਹੀਂ, ਨਾ 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 ਉਹ ਵੀ ਨਹੀਂ ਕਹਿੰਦੇ। ਉਹ ਕਹਿੰਦੇ ਕਿ ਮੈਂ ਇੱਕ ਸਵਾਲ ਉਠਾਇਆ ਕਿ ਬਾਦਲ ਅਕਾਲੀ ਦਲ ਦੇ ਅੰਦਰ ਤਾਨਾਸ਼ਾਹ ਚੱਲ ਰਿਹਾ, ਲੋਕਤੰਤਰ ਨਹੀਂ ਹੈ, ਕਿਸੇ ਦੀ ਕੋਈ ਸੁਣਵਾਈ ਨਹੀਂ ਜੀ। ਲੇਕਿਨ ਸਾਰੀ ਜਿਹੜੇ ਸੁਖਬੀਰ ਦੇ ਚੇਤੇ ਨੇ ਉਹ ਰੌਲਾ ਪਾਈ ਜਾਂਦੇ ਨੇ ਕਿ ਸਾਰੇ ਫੈਸਲੇ ਲੋਕਤੰਤਰ ਹੈ, ਲੋਕਤੰਤਰ ਹੈ ਜੀ। ਅਤੇ ਕਹਿੰਦੇ ਫਿਰ ਮੇਰਾ ਇੱਕ ਸਵਾਲ ਹੈ ਕਿ ਜਿਹੜੇ ਇਹ ਕਹਿੰਦੇ ਨੇ ਕਿ ਵਾਕਈ ਪਾਰਟੀ 'ਚ ਹਰ ਇੱਕ ਦੀ ਪੁੱਛ ਪੜਤਾਲ ਹੈ ਜੀ, ਉਹ ਕਿਰਪਾ ਕਰਕੇ ਇਹ ਦੱਸ ਦੇਣ ਵੀ ਜਿੱਦਣ ਡੇਰਾ ਸਰਸਾ ਨੂੰ ਮਾਫ਼ੀ ਦਿੱਤੀ ਸੀ ਤੁਹਾਡੀ ਸਹਿਮਤੀ ਨਾਲ ਦਿੱਤੀ ਸੀ। ਬਿਹਤਰੀਨ, ਉਹ ਉਹਨਾਂ ਨੇ ਗੱਲ ਕੀਤੀ ਹੈ। ਉਹ ਕਹਿੰਦੇ ਕਿ ਇਹ ਦੱਸ ਦੇਣ ਜਿਹੜੇ ਨਾਲ ਬੈਠੇ ਨੇ ਵੀ ਉਹਦੇ ਵਿੱਚ ਦੇਖੋ, ਉਹਦੇ 'ਚ ਗੋਬਿੰਦ ਸਿੰਘ ਲੌਂਗੋਵਾਲ ਵੀ ਆ ਜਾਣੇ ਨੇ। ਇਹ ਮਤ ਸੋਚਣ ਵੀ ਉਹਦੇ 'ਚ ਗੋਬਿੰਦ ਸਿੰਘ ਲੌਂਗੋਵਾਲ ਨਹੀਂ ਆਉਣੇ, ਉਹਦੇ 'ਚ ਪ੍ਰੇਮ ਸਿੰਘ ਚੰਦੂਮਾਜਰਾ ਵੀ ਆਉਣਗੇ, ਉਹਦੇ 'ਚ ਮਹੇਸ਼ਿੰਦਰ ਗਰੇਵਾਲ ਵੀ ਆਉਣਗੇ, ਔਰ ਉਹਦੇ 'ਚ ਸਾਰੀ ਪਾਰਟੀ ਦੀ ਜਿਹੜੀ ਇੱਕ ਬਾਡੀ ਆ ਜਿਹਨੂੰ ਅਸੀਂ ਕਹਿੰਦੇ ਜੇ ਜਨਰਲ ਸਕੱਤਰ ਨੇ, ਸਕੱਤਰ ਨੇ, ਮੀਤ ਪ੍ਰਧਾਨ ਨੇ, ਜੂਨੀਅਰ ਮੀਤ ਪ੍ਰਧਾਨ ਨੇ, ਕਹਿੰਦੇ ਕਿ ਜਵਾਬ ਤਾਂ ਦਿਓ ਕਿ ਕੀ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਤੁਹਾਡੀ ਸਲਾਹ ਨਾਲ ਦਿੱਤੀ ਗਈ ਆ। ਬਿਲਕੁਲ। ਅਤੇ ਜਦੋਂ ਇਹੋ ਜਿਹਾ ਔਖਾ ਸਵਾਲ ਹੋਵੇ ਤਾਂ ਆਪਣਾ ਰੰਧਾਵਾ ਸਾਹਿਬ ਮਾਫ਼ ਕਰਨਾ, ਕਿਉਂਕਿ ਹੁਣ ਬਸੰਤ ਰੁੱਤ ਆ ਰਹੀ ਹੈ ਅਤੇ ਨਿਆਣੇ ਅਸਮਾਨ 'ਚ ਪਤੰਗਾਂ ਚੜ੍ਹਾਈ ਫਿਰਦੇ ਨੇ, ਅਤੇ ਜੇ ਕਿਤੇ ਉੱਤੋਂ ਅਚਨਚੇਤੀ ਬੇਧਿਆਨ ਜੇ ਪਤਾ ਲੱਗੇ ਵੀ ਕੋਈ ਉੱਤੋਂ ਹੀ ਵੱਢ ਕੇ ਲੈ ਗਿਆ ਅਤੇ ਹੱਥ 'ਚ ਅੱਧਾ ਇੰਚ ਡੋਰ ਨਹੀਂ ਰਹਿ ਜਾਂਦੀ। ਸਰਦਾਰ ਸਾਹਿਬ, ਜਦੋਂ ਨਾ ਮੇਰੇ ਕੋਲ ਮੈਨੂੰ ਕੁਛ ਚੀਜ਼ਾਂ ਅਸੀਂ ਮਿਸ ਕਰ ਜਾਂਦੇ ਹਾਂ, ਮੈਂ ਆਪਣੇ ਫੋਨ 'ਚ ਦੇਖ ਰਿਹਾ ਕਿ ਜਦੋਂ ਢੀਂਡਸਾ ਇਹ ਕਹਿੰਦੇ ਆ ਜਿਹੜੀ ਸਮੇਤ ਸੈਣੀ ਵਾਲੀ ਗੱਲ, ਉਹ ਕਹਿੰਦੇ ਕਿ ਮੈਂ ਬਾਦਲ ਨੂੰ ਸਮੇਤ ਸੈਣੀ ਨੂੰ ਬਦਲਣ ਲਈ ਕਿਹਾ ਸੀ ਬਹਿਬਲ ਕਲਾਂ ਗੋਲੀਕਾਂਡ। ਜੀ 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 ਜੀ। ਕਹਿੰਦੇ ਉਸ ਸਮੇਂ ਸੁਖਬੀਰ, ਬਲਵਿੰਦਰ ਸਿੰਘ ਭੂੰਦੜ ਜੀ, ਇੱਕ ਸੀਨੀਅਰ ਪੱਤਰਕਾਰ ਵੀ ਮੌਜੂਦ ਸੀ। ਬਿਲਕੁਲ। ਦੇਖੋ ਅਗਲੇ ਪੂਰੇ ਤਰੀਕੇ ਨਾਲ ਆ ਰਹੇ। ਹਾਂ। ਹੁਣ ਕਹਿੰਦੇ ਜੀ ਉਦੋਂ ਤਾਂ ਇਹ ਗੱਲ ਜਿਹੜੀ ਹੈ ਇਹਦਾ ਕਰਤਾ ਗਿਆ ਵਿਰੋਧ। ਉਹ ਕਹਿੰਦੇ ਜੀ ਕਿ ਉਸ ਤੋਂ ਬਾਅਦ ਮੈਂ ਬਾਦਲ ਕੋਲ ਰੇਤਾ ਬਜਰੀ ਜੀ ਅਤੇ ਚਿੱਟੇ ਆਦਿ ਬਾਰੇ ਵੀ ਜ਼ੋਰ ਸ਼ੋਰ ਨਾਲ ਆਵਾਜ਼ ਉਠਾਈ। ਕਹਿੰਦੇ ਮੇਰਾ ਕੋਈ ਧਿਆਨ ਨਹੀਂ ਦਿੱਤਾ। ਉਹ ਕਹਿੰਦਾ ਕਿ ਜਦੋਂ ਬਹਿਬਲ ਕਲਾਂ ਗੋਲੀਕਾਂਡ ਤੋਂ ਬਾਅਦ ਜੀ ਇਹਨਾਂ ਨੇ ਫਰੀਦਕੋਟ 'ਚ ਰੈਲੀ ਰੱਖੀ ਜੀ, ਅਤੇ ਮੈਂ ਉਸੇ ਵਕਤ ਬਾਦਲ ਨੂੰ ਮਿਲ ਕੇ ਕਿਹਾ ਕਿ ਅਜਿਹਾ ਕਰਕੇ ਬਰਗਾੜੀ ਵਾਲੀਆਂ ਸੰਗਤਾਂ ਦੇ ਅੱਲੇ ਜ਼ਖਮਾਂ 'ਤੇ ਲੂਣ ਨਾ ਛਿੜਕੋ ਜੀ। ਕਹਿੰਦਾ ਕੋਈ ਬਾਦਲ ਨੇ ਮੈਨੂੰ ਕਿਹਾ ਕਿ ਸਰਦਾਰ ਸਾਹਿਬ ਤੁਸੀਂ ਤਾਂ ਅਬੋਹਰ ਵਾਲੀ ਰੈਲੀ ਵਿੱਚ ਵੀ ਨਹੀਂ ਆਏ ਸੀ, ਤੁਹਾਨੂੰ ਪਤਾ ਨਹੀਂ ਕਿੰਨਾ ਕੱਟ ਸੀ ਉੱਥੇ ਜੀ, ਰੈਲੀ ਫਰੀਦਕੋਟ 'ਚ ਹੋਏਗੀ। ਉਹ ਕਹਿੰਦੇ ਜੀ ਮੈਂ ਇਹੋ ਜਿਹੇ ਮੌਕਿਆਂ 'ਤੇ ਬਾਦਲ ਵੱਲੋਂ ਇਹੋ ਜਿਹੇ ਜਵਾਬ ਮਿਲਣ ਕਰਕੇ ਜੀ ਚੁੱਪ ਕਰਕੇ ਘਰ ਬਹਿ ਗਿਆ ਅਸਤੀਫਾ ਦੇ ਕੇ, ਅਤੇ ਇਹਨਾਂ ਨੇ ਪਾਰਟੀ ਨੂੰ ਸਹੀ ਦਿਸ਼ਾ 'ਚ ਲਿਜਾਣ ਲਈ ਮੇਰੀਆਂ ਕੀਤੀਆਂ ਜਿੰਨੀਆਂ ਵੀ ਅਪੀਲਾਂ ਸੀ ਉਹਨਾਂ 'ਤੇ ਕਦੇ ਮੰਥਨ ਨਹੀਂ ਕੀਤਾ। ਸੋ ਗੱਲ ਇਹ ਆ ਕਿ ਇਹ ਸਾਰਾ ਕੁਝ ਜਿਹੜਾ ਵਾ ਜਦੋਂ ਹੁਣ ਹੌਲੀ ਹੌਲੀ ਬਾਹਰ ਆਊਗਾ, ਇਹ ਗੱਲ ਜੇ 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 ਕੋਈ ਗੱਲ ਇੱਕ ਤਾਂ ਨਹੀਂ ਹੋਊਗੀ ਨਾ, ਜਦੋਂ ਸਾਥ ਦਹਾਕਿਆਂ ਦਾ ਹੋਵੇ ਜੀ, ਅਤੇ ਦਹਾਕਿਆਂ 'ਚ ਕਿੰਨੀ ਵਾਰੀ ਉਲਟ ਫੇਰ ਹੋਏ ਹੋਣ ਜੀ, ਅਤੇ ਜੇ ਹੌਲੀ ਹੌਲੀ ਅੰਦਰ ਦੀਆਂ ਬਾਹਰ ਆਉਣੀਆਂ ਸ਼ੁਰੂ ਹੋ ਗਈਆਂ, ਬਿਲਕੁਲ, ਫਿਰ ਔਖੇ ਹੋ ਜਾਂਦੇ ਆ ਜਵਾਬ ਦੇਣੇ। ਦੇਖੋ ਮੈਂ ਤਾਂ ਬੇਨਤੀ ਕੀਤੀ ਕਿ ਪਹਿਲਾਂ ਵੀ ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਈ ਸੀ ਜੀ, ਉਸੇ ਟਾਈਮ 'ਤੇ ਜਿਹੜੀ ਸਪੈਸ਼ਲ ਇਨਵੈਸਟੀਗੇਟਿੰਗ ਟੀਮ ਹੈ ਜੀ, ਏ ਡੀ ਜੀ ਪੀ ਜਿਹੜੇ ਡੀ ਜੀ ਪੀ ਪ੍ਰਮੋਦ ਕੁਮਾਰ ਜੀ ਨੇ ਜੀ, ਉਹਨਾਂ ਦੀ ਅਗਵਾਈ ਵਾਲੀ, ਉਦੋਂ ਗੱਲ ਚੱਲ ਰਹੀ ਸੀ ਔਰ ਉਦੋਂ ਇਹ ਸਾਫ਼ ਹੋਇਆ ਸੀ ਕਿ ਜਿਹੜਾ ਕੋਈ ਕਮਿਸ਼ਨ ਹੈ, ਜਾਂਚ ਕਮਿਸ਼ਨ ਆ, ਉਹ ਮਾਈਕਰੋ ਜਾਂਚ ਕਰਦਾ ਜੀ, ਮਾਈਕਰੋ ਜਾਂਚ ਦੇ ਕੇ ਮਾਈਕਰੋ ਜਾਂਚ ਨੂੰ ਆਧਾਰ ਬਣਾ ਕੇ ਫਿਰ ਉਹਦੀ ਜਿਹੜੀ ਹੁੰਦੀ ਹੈ ਮੈਕਰੋ ਤੋਂ ਮਾਈਕਰੋ ਹੁੰਦੀ ਹੈ, ਉਹ ਮੈਕਰੋ ਜਾਂਚ ਹੁੰਦੀ ਹੈ, ਫਿਰ ਮਾਈਕਰੋ ਜਾਂਚ ਜਿਹੜੀ ਹੈ ਬਹੁਤ ਬਰੀਕ ਤੱਥ ਲੈ, ਬਰੀਕ ਤਹਿ ਤੱਕ ਜਿਹੜੀ ਜਾਂਚ ਕਰਨੀ ਹੁੰਦੀ ਹੈ ਉਹ ਕਰਨੀ ਹੁੰਦੀ ਹੈ ਕਿਸੇ ਐਸੀ ਅਥਾਰਿਟੀ ਨੇ, ਪੁਲਿਸ ਅਥਾਰਿਟੀ ਨੇ, ਜਿਹਦੇ ਕੋਲ ਪਰਚਾ ਦਰਜ ਕਰਨ ਦਾ, ਗ੍ਰਿਫਤਾਰੀ ਕਰਨ ਦਾ ਅਧਿਕਾਰ ਬਣਦਾ ਜੀ। ਹੁਣ ਕਾਰਨ ਇਹ ਆ ਕਿ ਹੋ ਸਕਦਾ ਅਜੇ ਵੀ ਉਹਨਾਂ ਜਾਂਚ ਏਜੰਸੀਆਂ ਦੇ ਪਾਸ, ਚਾਹੇ ਉਹ ਸਿੱਟ ਹੈ ਚਾਹੇ ਕੋਈ ਹੋਰ ਹੈ, ਬਹੁਤ ਸਾਰੀਆਂ
ਤੰਦਾਂ ਉਲਝੀਆਂ ਹੋਣਗੀਆਂ ਜੀ। ਲੇਕਿਨ ਜਦੋਂ ਸਾ ਸੁਖਦੇਵ ਸਿੰਘ ਢੀਂਡਸਾ ਜਾਂ ਉਹਨਾਂ ਦੇ ਸਾਥੀ ਜਿਹੜੇ ਨੇ ਜੀ, ਉਹ ਉਹਨਾਂ ਕੜੀਆਂ ਨੂੰ ਜੋੜਨਗੇ ਤੇ ਗੱਲ ਆਸਾਨ ਹੋ ਜੂ। ਤੇ ਹੋ ਸਕਦਾ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਤੇ ਦਿਸਦਾ ਹੋਵੇ ਕਿ ਅਸੀਂ ਮਜ਼ਬੂਤ ਹਾਂ, ਅਸੀਂ ਮਜ਼ਬੂਤ ਹਾਂ, ਉਹਨਾਂ ਦੇ ਨਾਲਦਿਆਂ ਨੂੰ ਵੀ ਨਜ਼ਰ ਆਉਂਦਾ ਹੋਵੇ ਜੀ। ਲੇਕਿਨ ਜਿਹੜੀ ਪਿੱਛੇ ਪਹਿਲੀ ਨਿਗਾਹ ਰੱਖ ਕੇ ਬੈਠੀ ਅਫਸਰਸ਼ਾਹੀ ਆ ਜਾਂ ਏਜੰਸੀਆਂ ਜਿਹੜੀਆਂ ਲੱਗੀਆਂ ਇਸ ਮਕਸਦ ਲਈ ਨਹੀਂ, ਚਾਹੇ CBI ਦੁਬਾਰਾ ਜਾਂਚ ਕਰਦੀ ਹੈ ਜੀ, ਤੇ ਫਿਰ ਉਹ ਕਹਿਣਗੇ ਨਹੀਂ ਇਹ ਕੜੀ ਜਿਹੜੀ ਹੈ ਇਸ ਰਸਤੇ ਵੀ ਜੁੜ ਸਕਦੀ ਹੈ। ਮੁਕੰਮਲ ਜਿਹਨੂੰ ਕਹਿੰਦੇ ਆ ਨਾ ਕਿ ਇਹ ਨਿਸ਼ਾਨੇ 'ਤੇ ਹਾਂ ਗੱਲ ਪਹੁੰਚ ਗਈ ਬਿਲਕੁਲ, ਹੁਣ ਜਿੱਥੋਂ ਪਿਛਾਂਹ ਮੁੜਨਾ ਤਾਂ ਦੂਰ ਹੈ ਜੀ। ਹੁਣ ਪੰਜਾਬੀਆਂ ਨੂੰ ਅਕਾਲੀ ਦਲ ਨਾਲ ਸੰਬੰਧਿਤ ਇੱਕ ਅਲੱਗ ਰਾਜਨੀਤੀ ਵੇਖਣ ਨੂੰ ਮਿਲੇਗੀ ਜੀ। ਪੱਕੀ ਗੱਲ ਆ ਹਾਂ ਕਿ ਜੋ ਢੀਂਡਸਾ ਨੇ ਗੱਲਾਂ ਕੀਤੀਆਂ ਜਾਂ ਅਗਲੇ ਦਿਨਾਂ 'ਚ ਕਰਨਗੇ ਜੀ ਜੀ ਜੀ, 2 ਤਰੀਕ ਨੂੰ ਸੁਖਬੀਰ ਸਿੰਘ ਬਾਦਲ ਇਹਦਾ ਜਵਾਬ ਦੇਣਾ ਠੀਕ ਸਮਝਣਗੇ। ਜਿਹੜੇ ਕੱਲ ਤੱਕ ਓਫੈਂਸਿਵ ਰਾਜਨੀਤੀ ਖੇਡਦੇ ਸੀ, ਹਮਲਾਵਰ ਰਾਜਨੀਤੀ ਕਰਦੇ ਸੀ ਜੀ, ਅੱਜ ਉਹ ਡਿਫੈਂਸਿਵ 'ਤੇ ਨੇ। ਲੇਕਿਨ ਹੋ ਸਕਦਾ ਬਚਾਅ ਪੱਖੀ ਕਿ 2 ਨੂੰ ਜੀ ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਦਿੱਤੇ ਜਾਣ, ਬਣਦੇ ਵੀ ਹੈ ਹੋਣਾ ਜੀ ਹੈ ਹੋਣਾ ਚਾਹੀਦਾ ਜਦੋਂ ਇਲਜ਼ਾਮ ਹੁੰਦੇ ਆ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇ ਬਿਲਕੁਲ ਬਿਲਕੁਲ ਅੰਦਰ ਕੀ ਹੁੰਦਾ ਰਿਹਾ ਬਿਲਕੁਲ। ਲੇਕਿਨ ਉਹਦੇ ਤੋਂ ਪਹਿਲਾਂ ਕਿਉਂਕਿ 2 ਨੂੰ ਅਜੇ 4-5 ਦਿਨ ਨੇ, ਉਹਦੇ ਤੋਂ ਪਹਿਲਾਂ ਇੱਕ ਵਾਰੀ ਇਹ ਵੀ ਸਾਫ਼ ਹੋ ਜਾਣਾ ਚਾਹੀਦਾ ਕਿ ਜੋ ਅਜੇ ਤੱਕ ਜਿਹੜਾ ਇੱਕ 9 ਮਾਸ ਦਾ ਰਿਸ਼ਤਾ ਦੱਸਿਆ ਗਿਆ ਸੀ ਜੀ, ਆਖਿਰ ਉਹ ਐਡਾ ਨਰਮ ਅਤੇ ਕੂੜਾ ਕਿਉਂ ਨਿਕਲਿਆ ਕਿ 1-4 ਸੀਟਾਂ ਮਗਰੇ ਟੁੱਟ ਗਿਆ। ਜਿਸ ਰਿਸ਼ਤੇ ਨੂੰ ਅਸੀਂ ਪੰਜਾਬ ਦੇ ਵਿੱਚ 23-19 ਸੀਟਾਂ ਦੇ ਮਜ਼ਬੂਤ ਰੱਖਿਆ, ਮੇਰੀ ਗੱਲ ਸੁਣੋ, ਉਹ 4 ਸੀਟਾਂ ਨਾਲ ਕਿੱਦਾਂ ਤਿੜਕ ਗਿਆ, ਮੇਰੀ ਗੱਲ ਸੁਣ ਲਓ। ਇਹ ਤਾਂ ਜਨਤਕ ਤਾਂ ਉਹਨਾਂ ਜਵਾਬ ਦੇਣਾ ਨਹੀਂ, ਤੁਸੀਂ ਨਾ 2 ਨੂੰ ਸੰਗਰੂਰ ਦਾ ਗੇੜਾ ਮਾਰ ਕੇ ਆਓ ਅਤੇ ਪ੍ਰਧਾਨ ਜੀ ਨੂੰ ਪੁੱਛੋ ਵੀ ਇਹ ਕੂਲਾ ਅਤੇ ਸਖ਼ਤ ਕੀ ਹੁੰਦਾ ਰਿਸ਼ਤਾ ਜੀ, ਕੱਖ ਨਹੀਂ ਕਿਸੇ ਨੇ ਦੱਸਣਾ ਜੀ, ਕੌਣ ਦੱਸਦਾ ਜੇ ਜਦੋਂ ਟੁੱਟ ਗਈ ਤੜਕ ਕਰਕੇ ਟੁੱਟ ਗਈ, ਪਤਾ ਹੀ ਨਹੀਂ ਲੱਗਿਆ। ਰੰਧਾਵਾ ਸਾਹਿਬ ਮਿੰਟ ਦੇ ਵਿੱਚ, ਰੰਧਾਵਾ ਸਾਹਿਬ ਹਾਂ, ਜਦੋਂ ਆਲੇ ਦੁਆਲੇ SPG ਲੱਗੀ ਹੋਵੇ ਜੀ, ਮੱਥੇ 'ਤੇ ਪਲੇਟ ਲੱਗੀ ਹੋਵੇ ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਜੀ, ਅਤੇ ਫਿਰ ਮੀਡੀਆ ਜਿਹੜਾ ਨਾ ਉਹ ਭੱਜ ਭੱਜ ਕੇ ਜਾਂਦਾ ਅਤੇ ਅਗਲੇ ਬਗਾਨੇ ਪੁੱਤ ਵਰਦੀਧਾਰੀ ਜਿਹੜੇ ਹੁੰਦੇ ਨੇ ਕਹਿੰਦੇ ਪਿੱਛੇ ਹਟ ਜਾਓ, ਸਿਕਿਉਰਿਟੀ ਦਾ ਮਸਲਾ ਜੀ, ਲਾਗੇ ਨਹੀਂ ਹੋਣਾ, CM ਸਾਹਿਬ ਨੂੰ ਖਤਰਾ ਇਸ ਵੇਲੇ ਜੀ। ਅਤੇ ਜਦੋਂ ਉਹ ਅਹੁਦਾ ਨਾ ਹੋਵੇ, ਰੁਤਬਾ ਨਾ ਹੋਵੇ, ਅਤੇ ਫਿਰ ਲਾਗੋ ਹੀ ਜਿਹੜੇ ਹੁੰਦੇ ਨਾ ਗਲੀ ਮੁਹੱਲੇ ਵਾਲੇ ਉਹੀ ਕਹਿੰਦੇ ਯਾਰ 2 ਮਿੰਟ ਸੁਖਬੀਰ ਜੀ ਵੱਲ ਆਓ, ਗੱਲ ਤਾਂ ਕਰੋ ਮੁੱਖ ਮੰਤਰੀ ਸਾਹਿਬ, ਸਾਬਕਾ ਹੋਰ ਕੁਝ ਨਹੀਂ, ਸੈਲਫੀ ਲੈ। ਇਹ ਅਸੀਂ ਦੋਨੇ ਤਸਵੀਰ ਦੇ ਪਹਿਲੂ, ਖਾਸ ਕਰਕੇ ਜਿਹੜੇ ਮੇਰੇ ਦੋਸਤ ਪੱਤਰਕਾਰਤਾ ਨਾਲ ਜੁੜੇ ਹੋਏ ਨੇ, ਉਹ ਇਹਨਾਂ ਨੁਕਤਿਆਂ ਨੂੰ ਜਾਣਦੇ ਨੇ ਜੀ। ਅਸੀਂ ਲੋਕ ਇਹਨਾਂ ਲੋਕਾਂ ਦੀ ਆਵਾਜ਼ ਸੁਣਨ ਲਈ ਧੱਕੇ ਵੀ ਖਾਂਦੇ ਹਾਂ ਜੀ, ਇਹ 'ਚ ਕੋਈ ਦੋਰਾਵਾਂ ਨਹੀਂ। ਇਹ ਮਾਫ ਕਰਨਾ ਜਿਹੜੇ ਮੇਰੇ ਦੋਸਤ ਬੈਠੇ ਨੇ, ਇਹ ਐਡਾ ਜਿਹੜੇ ਲੋਕ ਸਹੀ ਦਿਸ਼ਾ ਚੱਲਦੇ ਨੇ, ਕੋਈ ਐਡਾ ਮਤਲਬ ਸੌਖੀ ਸੇਜ ਨਹੀਂ ਹੈ, ਔਖਾ ਇਹ ਕੰਡਿਆਂ ਦਾ ਰਾਹ ਆ, ਔਖਾ ਕੰਮ, ਧੱਕੇ ਵੀ ਖਾਣੇ ਪੈਂਦੇ ਨੇ, ਦੋਵੇਂ ਕੰਮ ਔਖੇ ਜੀ, ਦੋਵੇਂ ਕੀ ਸਾਰੇ ਔਖੇ। ਮੈਨੂੰ ਦੱਸੋ ਕਿ ਅੱਜ ਸਿਆਸਤ ਕਰਨੀ ਕਿਤੇ ਸੌਖੀ ਪਈ, ਪੱਤਰਕਾਰਤਾ ਉਸ ਤੋਂ ਔਖੀ ਬਿਲਕੁਲ, ਜੁਡੀਸ਼ਰੀ ਨੂੰ ਪੁੱਛ ਲਓ ਉਹ ਔਖੇ, ਪੁਲਿਸ ਨੂੰ ਪੁੱਛ ਲਓ ਉਹ ਔਖੇ, ਹੁਣ ਸੌਖਾ ਤਾਂ ਫਿਰ ਬੰਦਾ ਕੌਣ ਹੋਇਆ। ਬਸ ਫਿਰ ਸੌਖਾ ਉਹੀ ਹੈ, ਇੱਕ ਸੌਖਾ ਰੱਬ ਦਾ ਨਾਂ ਬੰਦਿਆ, ਹੋਰ ਕੀ ਹੈ ਫਿਰ, ਸਾਧ ਸੌਖੇ ਆ, ਹੈਂ ਸਾਧ ਸੌਖੇ ਆ, ਸਾਹ ਹੀ ਸੌਖਾ ਹੋਣਾ ਚਾਹੀਦਾ, ਬਾਕੀ ਤਾਂ ਕੋਈ ਨਹੀਂ ਹੈ, ਬਾਕੀ ਸਭ ਤੋਂ ਵੱਡਾ ਫੈਸਲਾ ਇਹੋ ਹੀ ਹੈ, ਸਾਧ ਸੌਖਾ ਹੋਣਾ ਬਿਲਕੁਲ, ਹਮ ਆਦਮੀ ਹਾਂ ਇੱਕਦਮ ਇੱਕਦਮ ਹੀ ਸਾਧ ਸੌਖੇ ਆ ਬਿਲਕੁਲ। ਮਿਹਰਬਾਨੀ।